साहेब जियो प्राण मीत परमात्मा पुरखोत्तम पुरा पोखनहारा पातशाह है प्रतपालन उरा पत ते उधारण प्राण पत सद सदा हजूरा वह प्रगट्यो पुरख भगवंत रूप गुरु गोबिंद सूरा आनंद विनोदी जी जाप सच सच्ची वेला वाह वाह गोबिंद सिंह आपे गुर चेला सुकहो टाल गुर सेवियै अहनिस सहज सुपाए दर्शन परस गुरु कै जन्म मरण दुख जाए होवे सिफत खसम दी नूर अरशों कुरसों चट्टी तुध डिठे सच्चे पातशाह मल जन्म जन्म दी कटी है सजन सच्चा पातशाह सिर शाह दैशाह जिस पास बैठिया सोही है सब नाद वेसा सतनाम वाहे गुरु साहेब जियो तनासरी महला पंजवा जिसका तन मन तन सब तिसका सोई सुघड़ सुजानी तिन ही सुनिया दुख सुख मेरा ताओ बेधनी की खटानी जिसका तन मन तन सब तिसका सोई सुघड़ सुजानी तिन ही सुनिया दुख सुख मेरा ताओ बेधनी की खटानी जिय की एक पहमानी अवर जतन कर रहे बाहु तेरे तिन तिल नहीं कीमत जानी रहा अमृत नाम निर्मोलक हीरा गुर दीनो मंतानी डिगे न डोले दृढ़ कर रहे हो पूरन होए तृप्तानी
जो बीच हम तुम कछ होते तिनकी बात बिलानी अलंकार मिल थैली होई है ताते कनक बखानी प्रगटियो जोत सहज सुख शोभा बाजे अनहत बानी कहो नानक ने चल कर बांधियो गुर कीओ बंधानी प्रगटियो जोत सहज सुख शोभा बाजे अनहत बानी कहो नानक ने चल कर बांधियो गुर कीओ बंधानी वाहिगुरु जी का खालसा वाहिगुरु जी की फतेह श्री वाहेगुरु साहिब जी एक ओंकार सतनाम कर्ता पुरख निरपाओ निर्वैर अकाल मूरत अजूनी सैभं गुरप्रसाद जहाँ तू मेरे वल हैं ता क्या मोछंदा तुद सब किछ मैनों सौंपया जा तेरा बंदा लक्ष्मी तोट न आवई खाए खर्च रहंदा लख चौरासी मेदनी सब सेव करंदा ए वैरी मित्र सब कीतियां नह मंगे मंदा लेखा कोई न पुछई जा हर बख्शंदा आनंद पया सुख पाया मिल गुर गोबिंदा सभे काज सवारी है जां तुद भावंदा जिसनो तू रखवाला मारे तिस कौन जिसनो तू रखवाला जित्ता तिने पैण जिसनू तेरा अंग तिस मुख उजला जिसनू तेरा अंग सो निर्मली हूँ निर्मला जिसनू तेरी नदर न लेखा पुछी है जिसनू तेरी खुशी तिन नौ निद पहुंची है जिसनो तू प्रभ वल तिस क्या मोछंदगी जिसनो तेरी मेहर सो तेरी बंदगी जिसनो तू प्रभ वल तिस क्या मोछंदगी जिसनो तेरी मेहर सो तेरी बंदगी ਜਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ ਹੋ ਪ੍ਰੇਮ ਪੂਰਵਕ ਸਾਹਿਬਾਂ ਦੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰੋਜ਼ਾਨਾ ਦੀ ਤਰ੍ਹਾਂ
ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਅੰਮ੍ਰਿਤ ਵੇਲੇ ਬਾਣੀਆਂ ਦੇ ਪਾਠ, ਸੰਪੂਰਨ ਆਸਾ ਜੀ ਦੀ ਵਾਰ ਦਾ ਕੀਰਤਨ, ਅੱਜ ਅੰਮ੍ਰਿਤ ਵੇਲੇ ਆਇਆ ਹੋਇਆ ਪਾਵਨ ਮੁੱਖ ਵਿਆਹ ਆਪ ਜੀ ਨੇ ਸ਼ਰਨ ਕੀਤਾ। ਰੋਜ਼ਾਨਾ ਜੋ ਗੁਰੂ ਘਰ ਵਿਖੇ ਸਮਾਗਮ ਚੱਲ ਰਹੇ ਨੇ, ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਉਪਲਕਸ਼ ਅੰਦਰ ਇਹ ਦੀਵਾਨ ਸਜਾਏ ਜਾ ਰਹੇ ਨੇ, ਉੱਥੇ ਨਾਲ ਹੀ ਨਾਲ ਸਤਿਗੁਰੂ ਜੀ ਦਾ ਪਰਿਵਾਰ, ਸਾਹਿਬਜ਼ਾਦੇ ਦੀ ਸ਼ਹਾਦਤ, ਮਾਤਾ ਜੀ ਗੁਰੂ ਜੀ ਦੀ ਸ਼ਹਾਦਤ ਸਮਰਪਿਤ ਇਹ ਪ੍ਰੋਗਰਾਮ ਸਤਿਗੁਰੂ ਜੀ ਦੀ ਅਪਾਰ ਅਪਾਰ ਬਖਸ਼ਿਸ਼ ਸਦਕਾ ਜਿੱਥੇ 350 ਸਾਲਾ ਪਾਵਨ ਆਗਮਨ ਪੁਰਬ ਦੇ ਉਪਲਕਸ਼ ਅੰਦਰ ਇਹ ਦੀਵਾਨਾਂ ਦਾ ਪ੍ਰੋਗਰਾਮ ਪ੍ਰਾਰੰਭ ਹੈ, ਉੱਥੇ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ, ਸਤਿਕਾਰਯੋਗ ਮਾਤਾ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ, ਗੁਰੂ ਘਰ ਵਿਖੇ ਪ੍ਰਬੰਧਕਾਂ ਦੇ ਉੱਦਮ ਨਾਲ, ਸੰਗਤਾਂ ਦੇ ਸਹਿਯੋਗ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਅਸਾਂ ਦੋਨੋਂ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਇਹ ਬੰਦਗੀ ਭਜਨ ਸਿਮਰਨ ਵਾਸਤੇ ਜੋ ਸਤਿਗੁਰੂ ਜੀ ਵੱਲੋਂ ਸਾਨੂੰ ਬਖਸ਼ਿਸ਼ ਕੀਤੀ ਜਾ ਰਹੀ ਹੈ, ਬੜੇ ਭਾਗਾਂ ਦੀ ਗੱਲ ਹੈ। ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ, ਉਸਦੀ ਬਖਸ਼ਿਸ਼ ਤੋਂ ਬਗੈਰ, ਉਸਦੀ ਮਿਹਰ ਤੋਂ ਬਗੈਰ ਕੁਛ ਵੀ ਨਹੀਂ ਹੋ ਸਕਦਾ। ਕੱਲ੍ਹ ਸੰਗਰਾਂਦ ਦੇ ਦਿਹਾੜੇ ਸ਼ਾਮ ਦੇ ਦੀਵਾਨ ਅੰਦਰ ਦਾਸ ਨੇ ਦੋ ਪੰਕਤੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸਨ। ਕਰ ਕਿਰਪਾ ਮੇਲੋ ਰਾਮ, ਜੋ ਕੁਛ ਵੀ ਪ੍ਰਾਪਤ ਹੋਣਾ ਹੈ ਨਾ, ਇਹ ਆਪਣੀ ਕਿਸੇ ਅਕਲ, ਚਤਰਾਈ, ਸਿਆਣਪ ਜਾਂ ਮਿਹਨਤ ਦਾ ਫਲ ਨਾ ਸਮਝਣਾ, ਇਹ ਉਸਦੀ ਕਿਰਪਾ ਸਦਕੇ ਪ੍ਰਾਪਤ ਹੋਣਾ ਹੈ। ਤਾਂ ਜਿੱਥੇ 12 ਮਹਾਂ ਦੀ ਬਾਣੀ ਅੰਦਰ 14 ਸ਼ਬਦਾਂ ਦੇ ਅੰਦਰ ਪਹਿਲੇ ਸ਼ਬਦ ਅੰਦਰ ਕਰ ਕਿਰਪਾ ਮੇਲੋ ਰਾਮ ਕਰਕੇ ਆਖਿਆ, ਉੱਥੇ 14ਵੇਂ ਸ਼ਬਦ ਅੰਦਰ ਵੀ ਗੁਰੂ ਸਾਹਿਬ ਨੇ ਇਹ ਆਖਿਆ, ਕਿਰਪਾ ਕਰੋ ਹਰੇ, ਹੇ ਮਹਾਰਾਜ ਅਸੀਂ ਤੇਰੀ ਕਿਰਪਾ ਦੇ ਪਾਤਰ ਬਣਨ ਵਾਸਤੇ ਇੱਥੇ ਆਉਂਦੇ ਹਾਂ, ਅਸੀਂ ਤੇਰੀ ਕਿਰਪਾ ਪ੍ਰਾਪਤ ਕਰਨ ਵਾਸਤੇ ਇੱਥੇ ਆਉਂਦੇ ਹਾਂ। ਅਤੇ ਸਭ ਤੋਂ ਵੱਡੀ ਕਿਰਪਾ ਮੇਰਾ ਸਤਿਗੁਰੂ ਜੀ ਕਦੋਂ ਕਰਦੇ ਨੇ? ਗੁਰੂ ਸਾਹਿਬ ਨੇ ਸੁਖਮਨੀ ਸਾਹਿਬ ਦੀ ਪਿੱਤਰ ਬਾਣੀ ਅੰਦਰ ਰੱਖਿਆ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਜਿਸ ਨੂੰ ਉਸਨੇ ਬਾਣੀ ਯਾਦ ਸਿਮਰਨ ਨਾਮ ਤਨ ਦੇ ਦਿੱਤਾ, ਗੁਰ ਕਾ ਸਿੱਖ ਵਡਭਾਗੀ ਹੈ, ਇਹ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੋਈ ਹੈ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਪਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰਿਚੇ ਜੀ। ਇਹ ਨਾ ਸਮਝਣਾ ਵੀ ਮੈਂ ਤਾਂ ਰੋਜ਼ ਆਉਂਦਾ ਹਾਂ, ਮੈਂ ਤਾਂ ਰੋਜ਼ ਆਉਂਦਾ ਹਾਂ, ਸਭ ਤੋਂ ਪਹਿਲਾਂ ਆਉਂਦਾ ਹਾਂ, ਸਭ ਤੋਂ ਪਹਿਲਾਂ, ਇਹ ਨਹੀਂ ਸਮਝਣਾ। ਜਿਉਂ ਜਿਉਂ ਰੋਜ਼ ਰੋਜ਼ ਆਉਣ ਦੀ ਆਦਤ ਪ੍ਰਪੱਕ ਹੋ ਗਈ, ਸਮਝ ਲੈਣਾ ਮੇਰੇ 'ਤੇ ਗੁਰੂ ਦੀ ਕਿਰਪਾ ਹੋ ਰਹੀ ਹੈ। ਆਪ ਜਪਾਏ ਜਪੇ ਸੋ ਨਾਉ, ਆਪ ਗਾਵਾਏ ਸੋ ਹਰਗੁਣ, ਇਹ ਉਸਦੀ ਕਿਰਪਾ ਨਾਲ ਹੋਣਾ ਹੈ। ਦਾਸ ਇੱਥੇ ਬੈਠਾ, ਉਸਦੀ ਕਿਰਪਾ ਨਾਲ ਬੈਠਾ, ਅਤੇ ਤੁਸੀਂ ਵੀ ਆਪਣੇ ਉੱਤੇ ਇਹ ਅਸੂਲ ਲਾਗੂ ਕਰੇ ਕਿ ਹੋਰ ਵੀ ਬਥੇਰੇ ਹੋਣਗੇ ਜਿਹੜੇ ਆਉਣਾ ਵੀ ਚਾਹੁੰਦੇ ਹੋਣਗੇ, ਪਤਾ ਨਹੀਂ ਆਲਸ ਨਹੀਂ ਉਹਨਾਂ ਦਾ ਪਿੱਛਾ ਛੱਡਦਾ, ਪਤਾ ਨਹੀਂ ਨੀਂਦ ਨਹੀਂ ਉਹਨਾਂ ਦਾ ਪਿੱਛਾ ਛੱਡਦੀ, ਪਤਾ ਨਹੀਂ ਵਿਕਾਰ ਵੀ ਉਹਨਾਂ ਦਾ ਪਿੱਛਾ ਨਹੀਂ ਛੱਡਦੇ। ਬੁਰੇ ਕਾਮ ਕੋ ਊਠ ਖਲੋਇਆ, ਇਹਦਾ ਮਤਲਬ ਉਸਦੀ ਬਖਸ਼ਿਸ਼ ਤੋਂ ਬਗੈਰ ਨਹੀਂ ਹੋ ਸਕਦਾ। ਕਈ ਵਿਕਾਰਾਂ ਵਿੱਚ ਪ੍ਰਵਿਰਤ ਹੋਏ ਹੋਏ ਹੋਣਗੇ, ਪਰ ਨਹੀਂ ਇੱਧਰ ਨੂੰ ਆਉਣ ਦਾ ਮਨ ਹੀ ਨਹੀਂ ਬਣਦਾ। ਤਾਂ ਜੇ ਮਨ ਬਣ ਜਾਏ ਤਾਂ ਸਮਝ ਲੈਣਾ, ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਮੈਂ ਅੱਜ ਇੱਕ ਬਚਨ ਕਰਨਾ ਹੈ ਉਸੇ ਹੀ ਸੰਬੰਧ ਅੰਦਰ, ਪਰ ਉਸ ਤੋਂ ਪਹਿਲੋਂ ਸਵੇਰੇ ਜਦੋਂ ਸਤਿਕਾਰਯੋਗ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਮਸਕੀਨ ਨੇ ਆਪਣੇ ਜਥੇ ਸਮੇਤ ਸ਼ਬਦ ਕੀਰਤਨ ਪ੍ਰਾਰੰਭ ਕੀਤਾ, ਅੰਮ੍ਰਿਤ ਵੇਲੇ ਪਹਿਲਾ ਸ਼ਬਦ ਜੋ ਉਹਨਾਂ ਨੇ ਗਾਇਨ ਕੀਤਾ, ਜਿਹੜੇ ਸਤਸੰਗੀ ਉਸ ਵੇਲੇ ਹਾਜ਼ਰ ਹੋਣਗੇ ਉਹਨਾਂ ਨੂੰ ਤਾਂ ਜ਼ਰੂਰ ਪਤਾ ਹੋਵੇਗਾ ਕਿ ਉਹਨਾਂ ਨੇ ਕਿਹੜਾ ਸ਼ਬਦ ਪੜ੍ਹਿਆ। ਪਰ ਕਿਸੇ ਕਾਰਨ ਜੇ ਨਹੀਂ ਆ ਸਕੇ ਤਾਂ ਮੈਂ ਉਸ ਸ਼ਬਦ ਦੀ ਇੱਕ ਪੰਕਤੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਜਦੋਂ ਦਾ ਦਾਸ ਨੇ ਸੁਣਿਆ ਸਵੇਰੇ ਸ਼ਬਦ ਅੰਮ੍ਰਿਤ ਵੇਲੇ, ਪਹਿਲਾ ਸ਼ਬਦ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ, ਸ਼ਬਦ ਸੀ ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆ, ਇਹ ਉਹਨਾਂ ਨੇ ਸ਼ਬਦ ਪੜ੍ਹਿਆ।
आप बच्चों जरूर किसी ने सुनिया होगा उस वे हाजिर सी कुछ शरीर, नहीं तो भाई साहब जी ने पूछ लो कि बाली जी आ गल कर लगे तो सवेरे शब्द पढ़े कि अपने को ही पंक्ति कर ली। नहीं, वैसे तो बहर भी झूठ बोलने की कोई लोड़ नहीं, पर इतने तो खास पै रखो इस गल का। उन्होंने शब्द पढ़िया, जो जानो त्यों राख हर प्रभ तेरिया, केते गणो असंख। असंख तो भाव एक गिणती है, पर इतने असंख तो भाव है संख्या तो रहत, इन्ने औगुण ने मेरे। संख एक गिणती है, जदों असी इकाई दहाई सैकड़ा हजार दह हजार लख दह लख करोड़ दह करोड़ अरब दह अरब खरब दह खरब नील दैन, उहदे विच एक गिणती है असंख। पर इत्थे असंख तो भाव है संख्या ही नहीं हो सकती मेरे विच, एडे औगुण ने। लो बई आपां जिन्नी संगत गुरु दरबार अंदर बैठे, मैं रोज़ आप दे चरण अंदर यही बेनती करदा कि किते असी अपने गुणा का शुमार करन वास्ते तां नहीं इत्थे आउंदे पे, मैं आ करदा मैं आ करदा मैं आ करदा मैं आ करदा। जे इत्थे आउणा तां अपने गुणा का शुमार करके वेखो, तो कहिंदे ने किते गुणो असंख औगुण मेरिया, इन्ने औगुण ने महाराज कि उन्हां दा शुमार ही नहीं हो सकता, टोटल ही नहीं हो सकता, गिणती नहीं हो सकती। शब्द ते सारा ही विचार गुचरा है, पर जो पंक्ति सवेर दी मेरे जहन विच सुनी हुई शब्द की पंक्ति है वह है, लूक करत बिकार बिखड़े प्रभ नेर हूं ते निरे। ये पंक्ति इको ही है, पर इन दो हिस्सों में विचारिया जाएगा। दास ने पहले दिन बेनती की थी, ज्ञानी संत सिंह मस्कीन जी जो सिख जग के महान विद्वान पुरश हुए ने, वो एक कथा का नवा ट्रेंड संसार में दे के गए ने, एक नवा तरीका संसार में दे के गए ने। आप ज्ञानी जी बहुत विद्वान बैठे ने, भाई साहब जी ताबिया बैठे ने, कथा करन दा एक नवा तरीका उन्होंने दिता है, वह है फलसफा लभो, वह है सिद्धांत लभो। जिमें बदमां के ढेर विचों बदम रोगन क्ढना हो, बदम रोगन तो बहुत थोड़ा निकलता है, पर बदम रोगन बदमों तो भी कीमती होंदा है। एन इस तरह शब्द सारा ही महान है, कोई शब्द नूं आपां उहदी कीमत घट वध करके नहीं विचार कर रहे, पर इहदी इको ही पंक्ति देखो, इहनूं आपां दो हिस्सों विच विचारीए। पहले हिस्से विच की आउंदा है, लूक करत बिकार बिखड़े, लूक मैंने लुक के छुपा के। मनुख एडा चतर हो गया है, एडा सियाणा हो गया है कि अपने विकारां दा नाल दे नूं नहीं पता लगना, ये चतराई है, ये सियाणप है, ये अकल है। बिल्कुल सही है, अकल मनुख नूं चाहीदी है, पर आ अकल नहीं आपां लैणी कि मैं अपने औगणा दा नाल दे नूं, पति औगण करदा है पत्नी नूं नहीं पता लगन दिंदा, तो पत्नी भी घट नहीं है, वह पति नूं पता नहीं लगन दिंदी। लूक करत बिकार बिखड़े, लुक लुक के बिकार पे कमाउणा है। तैनूं पता नहीं अगली पंक्ति अंदर गुरु अर्जन देव महाराज की कहिंदे ने, प्रभ नेरे होते नेरिया, वह तो तेरे नाल खड़ा है, वह तो तेरे कोल खड़ा है। हुण इसनूं गुरु नानक देव महाराज जी ने किवें बयान किया है, अगों देखे पिछों, अग्यों भी देखदा है कि मैनूं कुछ करदिआं देखता नहीं लिया, नहीं कोई नहीं है कोई नहीं है कोई नहीं, फिर पिछा भी परत के देखदा पर मैनूं कोई पछाण तां नहीं, लोक पिछे कौड़ा सरदार है तुरिया जांदा है कौन बंदा है। जदों अगे पिछे इहनूं लगदा है कोई नहीं ना, पर बाबा नानक देव महाराज कहिंदे ने, ओए भलिया इंसान अगों देखे पिछों देखे तिस्ते कहां छुपावे, आखो सतनाम श्री, एडा पै है सानूं। झूठ बोलने लग्या साडे मन अंदर यह पंक्ति आउंदी है कि मैं थोड़ा डर करा मेरे वाहिगुरु परमात्मा का, किसी ने बदनाम कर लग्या मन अंदर पै आउंदा है कि मैं डर करा कुछ वाहिगुरु परमात्मा का, नहीं। लूक करत बिकार करन विच ते रात दिन जाली रहन, जाल दिन हुआ जेती कड़ी फाही तित, दिने भी जालियां फाइया रात नूं भी जालियां फाइया, जिन्नियां कड़ियां सारियां फाइयां ही पाउण दा तूं कम कर रही है, भाव झूठ बोलन ते लक बन्निया होया, निंदिया करन ते लक बन्निया है, ये विकार ने। पर गुरु नानक देव महाराज कहिंदे ने, एक गल दा ध्यान रखी, जिहड़ा तेरे नाल खड़ोता है ना, वह तैनूं इदां फिजिकली नहीं दिस रहा, पर वह तेरे नाल खड़ोता है। सो सतगुरु प्यारा मेरे नाल है, वह तेरे नाल है, पर गुरबाणी विच ही लिखा है कि नाल होवंदा लह न सकंदा सुआव न जाने मुड़। यह मूर्ख नूं इस गल दा पता ही नहीं लगता, यह कहड़ा मूर्ख है जिहड़ा कहिंदा है मैं अपनी अकल चतराई नाल अपने औगणा दा किसी नूं पता नहीं लगन देना। कोई गावै रागी नादी बेदी बहु भांत करनी हर हर पीजे राम राजे, जिन्हां अंतर कपट विकार है तिन्हां रोए क्या कीजे। एक गल ध्यान रखना, हर करता सब किछ जाणदा सिर रोग हथ दीजे। सिर रोग हथ दीजे का की भाव है, तू अपने रोगों से
ਭਾਵ ਆਪਣੇ ਔਗਣਾਂ 'ਤੇ ਚਤਰਾਈ ਦਾ ਹੱਥ ਦੇ ਕੇ ਰੱਖਿਆ ਹੈ। ਮੇਰੇ ਵਾਂਗੂ ਉਜਲੇ ਚਿੱਟੇ ਕੱਪੜੇ ਪਾ ਕੇ ਫਰੋਮ ਹੈੱਡ ਟੂ ਟੋ ਲੋਕਾਂ ਵਿੱਚ ਬਣ ਬਣ ਕੇ ਦੱਸਣਾ, ਪਰ ਜਦੋਂ ਉਹਦੀ ਕਸੌਟੀ 'ਤੇ ਪਰਖਿਆ ਜਾਵੇਗਾ ਉਦੋਂ ਪਤਾ ਲੱਗੇਗਾ। ਇਸ ਲਈ ਤੂੰ ਆਪਣੀ ਚਤਰਾਈ ਨਾ ਵਰਤ, ਕਿਉਂਕਿ ਲੋਕ ਕਰਤ ਵਿਕਾਰ ਵਿਖੜੇ ਪਰਬ ਨੇੜੇ ਹੂ ਤੇ ਨੇੜੇ ਆ, ਇੰਨਾ ਨੇੜੇ ਮੇਰਾ ਵਾਹਿਗੁਰੂ ਪਰਮਾਤਮਾ ਹੋਵੇ ਤਾਂ ਤੈਨੂੰ ਫਿਰ ਥੋੜ੍ਹੀ ਤੇ ਲੱਜਿਆ ਹੋਣੀ ਚਾਹੀਦੀ ਕਿ ਨਹੀਂ ਚਾਹੀਦੀ, ਤੈਨੂੰ ਥੋੜ੍ਹੀ ਤੇ ਸ਼ਰਮ ਆਉਣੀ ਚਾਹੀਦੀ ਕਿ ਨਹੀਂ ਚਾਹੀਦੀ, ਵਿਕਾਰ ਕਰਨ ਲੱਗਿਆਂ, ਝੂਠ ਬੋਲਣ ਲੱਗਿਆਂ, ਨਿੰਦਰਾ ਕਰਨ ਲੱਗਿਆਂ ਜਾਂ ਕੁਛ ਵੀ ਕਰਨ ਲੱਗਿਆਂ, ਜੋ ਤੂੰ ਵਿਕਾਰ ਕਰਦੇ ਨਹੀਂ ਪਤਾ ਲੱਗਣ ਦਿੱਤਾ ਤੂੰ ਆਪਣੀ ਚਤਰਾਈ ਨਾਲ, ਤਾਂ ਗੁਰੂ ਸਾਹਿਬ ਕਹਿੰਦੇ ਨੇ ਤੂੰ ਆਪਣੇ ਐਬਾਂ 'ਤੇ ਚਤਰਾਈ ਦਾ ਹੱਥ ਦੇ ਕੇ ਉਹਨੂੰ ਟਕੇ। ਜਿਵੇਂ ਬੀਬੀਆਂ ਰਸੋਈ ਘਰ ਵਿੱਚ ਸਬਜ਼ੀ ਪਕਾਉਂਦੀਆਂ ਨੇ, ਢੱਕਣ ਦਿੱਤਾ ਹੁੰਦਾ ਸਬਜ਼ੀ ਦੇ ਅੰਦਰ, ਵਿੱਚ ਕੀ ਪਤੀਲੇ ਦੇ ਪੱਕ ਰਿਹਾ ਕਿਸੇ ਨੂੰ ਨਹੀਂ ਪਤਾ, ਪਰ ਜਾਂ ਢੱਕਣ ਚੱਕਿਆ ਜਾਵੇਗਾ ਉਦੋਂ ਹੀ ਪਤਾ ਲੱਗ ਜਾਵੇਗਾ ਵੀ ਇਹਦੇ ਵਿੱਚ ਕੀ ਹੈ। ਐਨ ਇਸ ਤਰ੍ਹਾਂ ਜਦੋਂ ਅਸੀਂ ਤੁਸੀਂ ਦਰਗਾਹ ਵਿੱਚ ਜਾਵਾਂਗੇ, ਵਾਹਿਗੁਰੂ ਪਰਮਾਤਮਾ ਨੇ ਜਦੋਂ ਢੱਕਣ ਚੱਕਿਆ ਨਾ, ਭਾਵ ਆਹ ਸਾਰੇ ਲਿਬਾਸ ਇੱਥੇ ਹੀ ਰਹਿ ਜਾਣੇ ਆ, ਉੱਥੇ ਤਾਂ ਨਾਂਗੇ ਆਪਣਾ ਨਾਂਗੇ ਜਾਣਾ ਹੋਣਾ, ਕਿਵੇਂ ਤੁਸੀਂ ਲਿਬਾਸ ਪਾ ਪਾ ਕੇ ਕਿਵੇਂ ਤੁਸੀਂ ਕਰ ਕਰਕੇ ਆਪਣੇ ਆਪ ਨੂੰ ਬਣ ਬਣ ਕੇ ਬਿਠਾਉਂਦੇ ਹੋ। ਲੋਕ ਕਰਤ ਵਿਕਾਰ ਵਿਖੜੇ ਪਰਬ ਨੇਰ ਹੁੰਦੇ ਨੇੜਿਆ, ਉਹ ਇੰਨਾ ਨੇੜੇ ਹੈ। ਗਾਲਬ ਦਾ ਇੱਕ ਸ਼ੇਰ ਹੈ ਕਿ ਮਿਟ ਜਾਏ ਦੁਨੀਆ ਸੇ ਗੁਨਾਹੋਂ ਕਾ ਤਸੱਵਰ ਗਾਲਬ, ਦੁਨੀਆ ਤੋਂ ਪਾਪ ਮਿਟ ਸਕਦੇ ਨੇ, ਦੁਨੀਆ ਤੋਂ ਗੁਨਾਹ ਮਿਟ ਸਕਦੇ ਨੇ, ਦੁਨੀਆ ਤੋਂ ਵਿਕਾਰ ਮਿਟ ਸਕਦੇ ਨੇ। ਜੀ ਕਿਵੇਂ ਮਿਟ ਸਕਦੇ ਨੇ? ਉਹ ਕਹਿੰਦੇ ਨੇ ਮਿਟ ਜਾਏ ਦੁਨੀਆ ਸੇ ਗੁਨਾਹੋਂ ਕਾ ਤਸੱਵਰ ਗਾਲਬ ਅਗਰ ਜੇ ਹੋ ਯਕੀਨ ਕਿ ਖੁਦਾ ਦੇਖਦਾ ਹੈ। ਜੇ ਤੈਨੂੰ ਇਹ ਭਰੋਸਾ ਹੋ ਜਾਏ ਵੀ ਕੋਈ ਮੇਰੇ ਨਾਲ ਖੜਾ ਮੈਨੂੰ ਦੇਖ ਰਿਹਾ ਹੈ, ਤਾਂ ਫਿਰ ਤੂੰ ਕਿਵੇਂ ਠੱਗੀਆਂ ਮਾਰੇਗਾ, ਕਿਵੇਂ ਧੋਖੇ ਕਰੇਗਾ, ਕਿਵੇਂ ਤੂੰ ਕਿਸੇ ਨੂੰ ਬਦਨਾਮ ਕਰੇਗਾ, ਕਿਉਂ ਗਲਤ ਗੱਲਾਂ ਪਿਆ ਕਰਦਾ ਹੈ ਸੰਸਾਰ 'ਤੇ ਆ ਕੇ? ਦੇਖ, ਸਤਿਗੁਰੂ ਕਹਿੰਦੇ ਨੇ ਮੈਂ ਇੰਨਾ ਮਾੜਾ ਹਾਂ, ਫਿਰ ਵੀ ਵਾਹਿਗੁਰੂ ਪਰਮਾਤਮਾ ਜਿਉਂ ਜਾਣੋ ਤਿਉਂ ਰੱਖ, ਜਿੱਦਾਂ ਜਾਣੋ ਮੈਨੂੰ ਰੱਖ ਲਓ, ਹੁਣ ਮੈਨੂੰ ਪਤਾ ਲੱਗ ਗਿਆ। ਦੇਖੋ, ਪਾਪ ਕਰਦਿਆਂ ਕਰਦਿਆਂ, ਗੁਨਾਹ ਕਰਦਿਆਂ ਕਰਦਿਆਂ ਨਾ ਫਿਰ ਸਾਡੀ ਆਦਤ ਹੀ ਬਣ ਜਾਂਦੀ ਹੈ। ਪਾਪ ਬੁਰਾ, ਪਾਪੀ ਕੋ ਪਿਆਰਾ। ਪਾਪ ਬੁਰੀ ਚੀਜ਼ ਹੈ, ਸਾਰੇ ਧਾਰਮਿਕ ਗ੍ਰੰਥ ਕਹਿੰਦੇ ਨੇ, ਸਾਰੇ ਮਹਾਂਪੁਰਖ ਕਹਿੰਦੇ ਨੇ, ਸਾਰੇ ਉਪਦੇਸ਼ ਕਰਤੇ ਇਹ ਕਹਿੰਦੇ ਨੇ ਵੀ ਇਹ ਕੰਮ ਨਾ ਕਰੋ, ਨਾ ਕਰੋ, ਨਾ ਕਰੋ। ਪਰ ਰੋਜ਼ ਰੋਜ਼ ਕਰਨ ਵਾਲੇ ਬੰਦੇ ਨੂੰ ਫਿਰ ਇਸ ਗੱਲ ਦਾ ਭੈ ਹੀ ਚੱਕਿਆ ਜਾਂਦਾ ਹੈ ਕਿ ਮੈਨੂੰ ਕੌਣ ਦੇਖਦਾ ਹੈ, ਮੈਨੂੰ ਕੌਣ ਪੁੱਛਦਾ ਹੈ, ਮੇਰੇ ਕੋਲ ਧਨ ਦਾ ਬਲ ਹੈ, ਮੇਰੇ ਕੋਲ ਬਰਾਦਰੀ ਦਾ ਬਲ ਹੈ, ਮੇਰੀ ਸਰਕਾਰੀ ਦਰਬਾਰੇ ਪਹੁੰਚਿਆ, ਮੇਰੇ ਪਿੱਛੇ ਇੰਨੇ ਬੰਦੇ ਨੇ, ਮੈਂ ਆਹ ਕਰ ਦੂੰ, ਆਹ ਕਰ ਦੂੰ। ਪਰ ਪਿਆਰਿਆ, ਜਦੋਂ ਉੱਥੇ ਜਾਵਾਂਗਾ ਤਾਂ ਉੱਥੋਂ ਤੂੰ ਇਕੱਲਾ ਹੀ ਜਾਣਾ ਹੈ, ਫਿਰ ਤੇਰੇ ਨਾਲ ਕੁਛ ਨਹੀਂ ਜਾਣਾ, ਨਾ ਤੇਰਾ ਧਨ ਜਾਣਾ ਹੈ, ਨਾ ਤੇਰੀ ਬਰਾਦਰੀ, ਨਾ ਤੇਰੇ ਰੁਤਬੇ। ਉੱਥੇ ਫਿਰ ਤੇਰਾ ਕੌਣ ਹੱਥ ਫੜੇਗਾ, ਉੱਥੇ ਤੈਨੂੰ ਕੌਣ ਪੁੱਛੇਗਾ? ਇਸ ਲਈ ਗੁਰਬਾਣੀ ਮਹਾਰਾਜ ਦੇ ਇੱਕ ਪਾਵਨ ਫਰਮਾਨ ਯਾਦ ਆਇਆ ਕਿ ਗੱਲ ਧਿਆਨ ਨਾਲ ਸੁਣਨੀ, ਸਤਿਗੁਰੂ ਜੀ ਆਪਣੀ ਬਾਣੀ ਅੰਦਰ ਕਹਿੰਦੇ ਨੇ ਕਿ ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ, ਉਹ ਸਾਚੇ ਦੀਵਾਨ ਮੇ ਪੱਲਾ ਨਾ ਪਕੜੇ ਹੋਏ। ਜਦੋਂ ਵਾਹਿਗੁਰੂ ਪਰਮਾਤਮਾ ਦੀ ਕਚਹਿਰੀ ਵਿੱਚ ਫੈਸਲੇ ਹੋਣੇ ਆ ਨਾ, ਉੱਥੇ ਫਿਰ ਕਿਸੇ ਨੇ ਤੇਰੇ ਨਾਲ ਨਹੀਂ ਆਉਣਾ ਪਏ, ਇੱਥੇ ਤਾਂ ਤੇਰੇ ਪਿੱਛੇ ਬਾਹਾਂ ਚੱਕ ਚੱਕ ਕੇ ਅਤੇ ਆਹ ਕਰ ਕਰਕੇ ਅਤੇ ਉਹ ਕਰ ਕਰਕੇ ਤੂੰ ਐਡਾ ਤੋਂ ਐਡਾ, ਪਰ ਉੱਥੇ ਕਿਸੇ ਦੇ ਉੱਥੇ ਤੂੰ ਹੀ ਖੜੋਤਾ ਹੋਣਾ ਹੈ। ਅਤੇ ਨਾਨਕ ਆਖੇ ਰੇਮ ਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹਿ। ਮੈਂ ਭਾਈ ਸਾਹਿਬ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਵੇਰੇ ਪਹਿਲਾ ਸ਼ਬਦ ਪੜ੍ਹਿਆ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਵੀ ਪਹਿਲਾਂ, ਜਿਉਂ ਜਾਣੋ ਤਿਉਂ ਰਾਖ, ਦਾਸ ਨੇ ਗੁਰੂ ਦੀ ਕਿਰਪਾ ਨਾਲ ਸੁਣਿਆ। ਅਤੇ ਉਸ ਵੇਲੇ ਜਿਹੜੀ ਪੰਕਤੀ ਮੇਰੇ ਜ਼ਿਹਨ ਨੂੰ ਬਿਲਕੁਲ ਟੱਚ ਕਰ ਗਈ, ਬਿਲਕੁਲ ਛੂ ਕੇ ਗਈ ਹੈ, ਮਾਨੋ ਵਿਦਾਣ ਦੀ ਸੱਟ ਮਾਰ ਕੇ ਗਈ ਇਹ ਪੰਕਤੀ ਮੇਰੇ। ਕਿੰਨੀ ਵਾਰ ਸ਼ਬਦ ਅੱਗੇ ਪੜ੍ਹੇ ਹੈ, ਕਿੰਨੀ ਵਾਰ ਸ਼ਬਦ ਅੱਗੇ ਸੁਣਿਆ, ਪਰ ਅੱਜ ਜਦੋਂ ਦਾ ਉਹਨਾਂ ਤੋਂ ਸੁਣਿਆ ਉਦੋਂ ਦਾ ਮੈਂ ਅੰਦਰ ਇਹੀ ਝਾਤੀ ਮਾਰ ਰਿਹਾ ਵੀ ਇਹ ਤਾਂ ਮੇਰੇ ਵਾਸਤੇ ਮਹਾਰਾਜ ਜੀ ਨੇ ਕਿਹਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਉੱਥੇ ਆਚਾਰ ਕਰਕੇ, ਤੁਹਾਡੇ ਮੋਰਲ ਕਰਕੇ, ਤੁਹਾਡੇ ਕਰੈਕਟਰ ਕਰਕੇ, ਤੁਹਾਡੇ ਕਰਮਾਂ ਕਰਕੇ ਉੱਥੇ ਫੈਸਲਾ ਹੋਣਾ। ਬਾਹਰੀ ਸਾਡੀਆਂ ਲੱਛੇਦਾਰ ਤਕਰੀਰਾਂ ਦੀ ਉੱਥੇ ਕੋਈ ਗੱਲ ਨਹੀਂ ਬਣਨੀ, ਬਾਹਰੋਂ ਸਾਡੇ ਲਿਬਾਸ ਦੀ ਕੋਈ ਗੱਲ ਨਹੀਂ ਉੱਥੇ ਬਣਨੀ। ਅਤੇ ਉੱਥੇ ਫਿਰ ਜੋ ਕੁਛ ਹੋਣਾ ਉਹਨੂੰ ਪਤਾ ਗੁਰੂ ਸਾਹਿਬ ਕੀ ਕਹਿੰਦੇ ਨੇ, ਨਾਨਕ ਜੀ ਉਪਾਇ ਕੇ ਲਿਖਨਾਵੇਂ ਧਰਮ ਬਹਲਿਆ, ਉੱਥੇ ਸੱਚਾ ਹੀ ਕੂੜੀ ਦੁਨੀਆਂ ਵਿੱਚ ਕੂੜ ਦਾ ਬੋਲਬਾਲਾ ਹੈ, ਸੰਸਾਰ ਕੂੜਾ ਹੈ, ਸੰਸਾਰ ਝੂਠਾ ਹੈ, ਇੱਥੇ ਝੂਠ ਦਾ ਔਰ ਕੂੜ ਦਾ ਬੋਲਬਾਲਾ ਹੋਏਗਾ ਹੀ ਹੋਏਗਾ। ਪਰ ਜਦੋਂ ਰੱਬ ਦੀ ਦਰਗਾਹ, ਉਹਦੀ ਦਰਗਾਹ ਵੀ ਸੱਚੀ ਹੈ, ਉਹਦਾ ਫੈਸਲਾ ਵੀ ਸੱਚਾ ਹੈ, ਅਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਚੁਣ ਵੱਖ ਕੱਢੇ ਜਜਮਾਲਿਆ। ਜਜਮਾਲਿਆ ਸ਼ਬਦ ਜਜ਼ਾਮ ਤੋਂ ਬਣਿਆ ਹੈ, ਜਜ਼ਾਮ ਉਰਦੂ ਵਿੱਚ ਲਿਖਦੇ ਆ ਜੀਮ ਨੁਕਤੇ ਵਾਲੀ ਜ਼ੇ ਅਲਫ ਅਤੇ ਮੀਮ ਜਜ਼ਾਮ। ਦੇਖੋ ਕੈਸੇ ਸ਼ਬਦ ਵਰਤੇ, ਜੀਮ ਜ਼ੇ ਨੁਕਤੇ ਵਾਲੀ ਅਲਫ ਅਤੇ ਮੀਮ ਜਜ਼ਾਮ,
ਜਿਦਾਂ ਮੈਨੇ ਕੋੜੀ, ਜਿਵੇਂ ਤੰਦਰੁਸਤ ਬੰਦਿਆਂ ਦੇ ਅੰਦਰ ਕੋੜੀ ਬੰਦਾ ਨਹੀਂ ਬਹਿ ਸਕਦਾ, ਇੱਦਾਂ ਮੇਰੇ ਵਾਹਿਗੁਰੂ ਪਰਮਾਤਮਾ ਦੀ ਦਰਗਾਹ ਵਿੱਚ ਪਾਪ ਕਰਨ ਵਾਲੇ, ਝੂਠ ਬੋਲਣ ਵਾਲੇ, ਨਿੰਦਿਆ ਕਰਨ ਵਾਲੇ, ਬਖੀਲੀ ਕਰਨ ਵਾਲੇ ਬੰਦਿਆਂ ਦੀ ਐਂਟਰੀ ਨਹੀਂ ਹੋਵੇਗੀ। ਦੁਨੀਆਂ 'ਤੇ ਤੇਰੀ ਜੈ ਜੈਕਾਰ ਹੋ ਜਾਏਗੀ, ਦੁਨੀਆਂ 'ਤੇ ਤੇਰੇ ਨਾਮ ਦੇ ਝੰਡੇ ਝੂਲਣਗੇ, ਪਰ ਉੱਥੇ 'ਤੇ ਸਤਿਗੁਰੂ ਜੀ ਆਪਾਂ ਸਰੋਜ਼ ਸ਼ਲੋਕ ਅੰਦਰ ਪੜ੍ਹਦੇ ਹਾਂ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਜੇ ਨੇੜੇ ਹੋਣ ਦਾ ਮਨ ਅੰਦਰ ਚਾਓ ਹੈ ਤੇ ਆਓ ਫਿਰ ਉਹੀ ਕੰਮ ਕਰੀਏ ਜਿਨ੍ਹਾਂ ਨਾਲ ਮੁੱਖ ਉਚਲਾ ਹੋਵੇ। ਜੇ ਨੇੜੇ ਹੋਣ ਦੇ ਮਨ ਅੰਦਰ ਸਧਰ ਹੈ ਤੇ ਆਓ ਉਹੀ ਬੋਲ ਬੋਲੀਏ ਜਿਹੜੇ ਉਹਨੂੰ ਪ੍ਰਵਾਨ ਹੋਣ। ਜੇ ਨੇੜੇ ਹੋਣ ਦੇ ਮਨ ਅੰਦਰ ਸੰਕਲਪ ਧਾਰਿਆ ਹੈ ਤਾਂ ਫਿਰ ਉਹੀ ਕਰਮ ਕਰੀਏ ਜਿਹੜੇ ਕਰਮ ਮੇਰੇ ਵਾਹਿਗੁਰੂ ਪਰਮਾਤਮਾ ਨੂੰ ਪ੍ਰਵਾਨ ਹੋਣ। ਬਹੁਤ ਬਹੁਤ ਧੰਨਵਾਦ। ਚੱਲ ਰਹੀ ਲੜੀ ਮੁਤਾਬਕ, ਆਵਾਜ਼ ਕਿਉਂ ਆ ਰਹੀ ਹੈ, ਚੱਲ ਰਹੀ ਲੜੀ ਮੁਤਾਬਕ ਜਿਹਨਾਂ ਸਤਸੰਗੀਆਂ ਨੇ ਕੱਲ੍ਹ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰੀ, ਉਹਨਾਂ ਭਲੀ ਪ੍ਰਕਾਰ ਸ਼ਰਮ ਕੀਤਾ ਹੋਵੇਗਾ ਗੁਰੂ ਪਰਿਵਾਰ ਕਿਵੇਂ ਅਨੰਦਪੁਰ ਸਾਹਿਬ ਤੋਂ ਟੁਰੇ, ਕਿਵੇਂ ਕੀਰਤਪੁਰ ਸਾਹਿਬ ਕਿਆਮ ਕੀਤਾ, ਥੋੜ੍ਹੀ ਦੇਰ ਬਾਅਦ ਰੁਕਣ ਤੋਂ ਬਾਅਦ ਸਰਸਾ ਨਦੀ ਦੇ ਕਿਨਾਰੇ, ਉੱਥੇ ਵੀ ਜੋ ਘਟਨਾ ਵਾਪਰੀ ਇਤਿਹਾਸਕਾਰਾਂ ਨੇ ਵੀ ਲਿਖਿਆ, ਤੁਸਾਂ ਵੀ ਸੁਣਿਆ, ਦਾਸ ਨੇ ਵੀ ਬੇਨਤੀ ਕੀਤੀ ਹੈ। ਹੁਣ ਸਤਿਗੁਰੂ ਜਦੋਂ ਪਾਰ ਲੱਗੇ ਤਾਂ ਉਸ ਵੇਲੇ ਟੋਟਲ 40 ਦੀ ਗਿਣਤੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਕਲਮ ਨਾਲ ਆਪ ਲਿਖੀ ਹੈ। ਇਸ ਲਈ ਜੇ ਆਪਾਂ ਆਪਣੀ ਚਤਰਾਈਆਂ ਜਾਂ ਅਕਲਾਂ ਨਾਲ ਗੱਲ ਕਰਨ ਦਾ ਯਤਨ ਕਰਾਂਗੇ ਤਾਂ ਉਹ ਗੱਲ ਨਹੀਂ। ਸਾਡੇ ਕੋਲ ਜੋ ਸਬੂਤ ਹੈ ਲਿਖਤੀ ਰੂਪ ਅੰਦਰ ਜ਼ਫਰਨਾਮਾ, ਗੁਰਸਨਾ ਚੇ ਕਾਰੇ ਕੁਨਦ ਚਿਹਲ ਨਰ ਕੇ ਦਹਿ ਲੱਖ ਆਇਤ ਬਰੋ ਬੇਖਬਰ, ਬੇਖਬਰ 10 ਲੱਖ ਬੰਦਿਆਂ ਨੇ। ਉਹਨਾਂ ਦੇ ਆਗੂ ਕੌਣ ਸਨ? ਇੱਕ ਵਿੰਗ ਤੋਂ ਆਇਆ ਨਾਰ ਖਾਂ, ਦੂਸਰੇ ਵਿੰਗ 'ਚੋਂ ਆਇਆ ਗੈਰਤ ਖਾਂ, ਤੀਸਰੇ ਵਿੰਗ ਤੋਂ ਆਇਆ ਮੁਹੰਮਦ ਮਰਦੂਦ ਖਿਜ਼ਰ ਖਾਂ, ਖਵਾਜਾ ਮੁਹੰਮਦ ਮਰਦੂਦ ਖਿਜ਼ਰ ਖਾਂ। ਇਹਨਾਂ ਨੇ 3 ਪਾਸਿਆਂ ਤੋਂ ਇੱਕ ਗੜੀ ਨੂੰ ਘੇਰਾ ਪਾ ਲਿਆ ਅਤੇ ਇੱਕ ਪਾਸੇ ਜਿਹੜਾ ਰਸਤਾ ਪਿੰਡ ਵਾਲੇ ਪਾਸੇ ਨੂੰ ਜਾਂਦਾ। ਆਪਾਂ ਇੱਥੇ ਦਾ ਇੱਕ ਇਤਿਹਾਸ ਵਿਚਾਰਨ ਲੱਗੇ ਹਾਂ, ਬਹੁਤ ਹੀ ਧਿਆਨ ਨਾਲ ਸੁਣਨਾ। ਜਿਸ ਨੂੰ ਆਪਾਂ ਗੜੀ ਕਹਿੰਦੇ ਹਾਂ, ਕਈ ਦਫ਼ਾ ਸਾਡੇ ਮਨ ਵਿੱਚ ਸ਼ਾਇਦ ਐਸਾ ਵਿਚਾਰ ਨਾ ਆਵੇ ਕਿ ਕਿਸੇ ਪੱਕੀ ਗੜੀ, ਗੜੀ ਮੈਨੇ ਹੁੰਦਾ ਹੈ ਕੋਟ ਕਿਲ੍ਹਾ, ਕੋਈ ਕਿਲ੍ਹਾ ਹੈ ਪੱਕਾ ਜਾਂ ਕੋਈ ਗੜੀ ਹੈ ਪੱਕੀ, ਨਹੀਂ। ਅਸੀਂ ਤੁਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ, ਜ਼ਿਮੀਂਦਾਰੀ ਕਿੱਤੇ ਤੋਂ ਭਲੀ ਪ੍ਰਕਾਰ ਜਾਣਦੇ ਹਾਂ ਕਿ ਪਿੰਡ ਦੇ ਜ਼ਿਮੀਂਦਾਰਾਂ ਨੇ ਬਾਹਰ ਇੱਕ ਹਵੇਲੀ ਬਣਾਈ ਹੁੰਦੀ, ਛੋਟੀ ਜਿਹੀ ਹੁੰਦੀ, ਉਹ ਕੱਚੀ ਹੈ, ਜਿਹਦੇ ਅੰਦਰ ਉਹ ਆਪਣੇ ਜ਼ਿਮੀਂਦਾਰੀ ਦੇ ਕੰਮ ਵਿੱਚ ਆਉਣ ਵਾਲੇ ਸਾਰੇ ਔਜ਼ਾਰ ਜਾਂ ਸੁਹਾਗਾ ਜਾਂ ਹਲ ਜਾਂ ਕਹੀਆਂ ਜਾਂ ਕੜਾਹੀਆਂ ਜਾਂ ਰੱਸੀਆਂ ਜਾਂ ਹੋਰ ਜਾਂ 1-2 ਮਾਲ ਡੰਗਰ ਪਸ਼ੂ ਵੀ ਉੱਥੇ, ਉਹਨੂੰ ਕਹਿੰਦੇ ਨੇ ਹਵੇਲੀ। ਹੁਣ ਇਸ ਨੂੰ ਆਪਾਂ, ਉਸ ਮਾਲਕ ਦਾ ਨਾਂ ਹੈ ਬੁੱਧੀ ਚੰਦ, ਇਹ ਜ਼ਿਮੀਂਦਾਰ ਹੈ ਚਮਕੌਰ ਦੇ ਇਲਾਕੇ ਦਾ ਅਤੇ ਇਹਨੇ ਆਪਣਾ ਸਾਰਾ ਮਾਲ ਅਸਬਾਬ ਜੋ ਵੀ ਜ਼ਿਮੀਂਦਾਰੀ ਦੇ ਕੀਤਾ ਹੈ ਉੱਥੇ ਰੱਖਿਆ ਹੋਇਆ ਹੈ। ਅਤੇ ਇਹ ਜਦੋਂ ਸਵੇਰੇ ਸਵੇਰੇ ਉੱਥੋਂ ਨਿਕਲਿਆ ਤਾਂ ਇਹਨੇ ਸਤਿਗੁਰੂ ਜੀ ਨੂੰ ਘੋੜੇ 'ਤੇ ਚੜ੍ਹਿਆ ਆਉਂਦਿਆਂ ਦੇਖਿਆ, ਜਾਮਾ ਸਾਰੇ ਗਿੱਲੇ ਅਤੇ ਹੋਰ ਸਾਰਾ ਕੁਛ, ਅਤੇ ਨਾਲ ਸਿਰਫ ਕੁਝ ਗਿਣਤੀ ਦੇ ਸਿੰਘ। ਇਹਨੇ ਰਕਾਬ 'ਤੇ ਬੈਠਿਆਂ ਬੈਠਿਆਂ ਸਾਹਿਬਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ ਅਤੇ ਪੁੱਛਿਆ, ਮਹਾਰਾਜ ਸੁੱਖ 'ਤੇ ਹੈ? ਖੈਰ ਮੇਰੇ 'ਤੇ ਹੈ? ਆ ਜਾਓ। ਇਹ ਜਾ ਕੇ ਇਹਨੇ ਹਵੇਲੀ ਵਿੱਚ, ਜਿਹਨੂੰ ਕਈ ਇਤਿਹਾਸਕਾਰਾਂ ਨੇ ਗੜੀ ਕਰਕੇ ਵੀ ਲਿਖਿਆ, ਪਰ ਗੜੀ ਦਾ ਇਹ ਭਾਵ ਨਹੀਂ ਲੈਣਾ ਪਿਓ ਕੋਈ ਪੱਕੀਆਂ ਦੀਵਾਰਾਂ ਦਾ ਚੱਕਿਆ ਹੋਇਆ ਸੀ, ਉੱਚਾ ਮਕਾਨ ਸੀ, ਨਹੀਂ, ਇੱਕ ਛੋਟੀ ਜਿਹੀ ਹਵੇਲੀ। ਹਾਂ, ਉਹਦੇ 'ਤੇ ਇੱਕ ਛੱਤ ਥੱਲੇ ਹੈ ਅਤੇ ਇੱਕ ਛੱਤ ਉੱਪਰ ਹੈ, ਅਤੇ ਇੱਦਾਂ ਸਤਿਗੁਰੂ ਜੀ ਉਹਦੇ ਅੰਦਰ ਜਾ ਕੇ ਇਹ ਨਗਰ ਵਿੱਚ ਗਿਆ, ਨਗਰ ਨਿਵਾਸੀਆਂ ਨੂੰ ਜਾ ਕੇ ਦੱਸਿਆ। ਅਤੇ ਜਦੋਂ ਤੱਕ ਦਿਨ ਚੜ੍ਹਨ ਦਾ ਲੋਆਲਾ ਹੋਇਆ, ਜਦੋਂ ਤੱਕ ਸੂਰਜ ਚੜ੍ਹਨ ਦਾ ਸਮਾਂ ਆਇਆ, ਉਦੋਂ ਤੱਕ ਪਿੰਡ ਵਾਸੀਆਂ ਨੇ ਫਟਾਫਟ ਜਿਹੜਾ ਰਾਤ ਦਾ ਰੱਖਿਆ ਦਧੂਨਿਆਂ ਵਿੱਚ ਦੁੱਧ ਸੀਗਾ ਜਾਂ ਘਰ ਵਿੱਚ ਮਾਲ ਡੰਗਰ ਸਭ ਦੇ ਹੁੰਦਾ ਦੁੱਧ ਸੀ, ਦੁੱਧ ਗਰਮ ਕਰਕੇ ਲੈ ਕੇ ਆਏ ਤਾਂ ਉਹੀ ਕੁਛ ਗਲਾਸ ਕੱਪ ਜਿੱਦਾਂ ਵੀ ਛਕਿਆ ਛਕਾਇਆ ਹੋਵੇਗਾ ਸਿੱਕਾ ਨੇ ਛਕਿਆ। ਇਸ ਤੋਂ ਬਾਅਦ ਹੀ ਖੁਸ਼ਸੂਈਏ ਨੇ ਆ ਕੇ ਖਬਰ ਦੇ ਦਿੱਤੀ ਕਿ ਫੌਜ ਨੇ ਆ ਕੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਸਰਸਾ ਨਦੀ ਪਾਰ ਕਰ ਗਏ ਨੇ, ਉਹਨਾਂ ਨੇ ਇਹਨੂੰ ਆ ਕੇ ਘੇਰਾ ਪਾ ਲਿਆ। ਇੱਥੇ ਇੱਕ ਮੈਂ ਨੁਕਤਾ ਹੋਰ ਆਪ ਜੀ ਦੇ ਨਾਲ ਕਲੀਅਰ ਕਰਨਾ ਚਾਹਾਂਗਾ ਤਾਂ ਕਿ ਕਿਸੇ ਪ੍ਰਕਾਰ ਦਾ ਵੀ ਕੋਈ ਮਨ ਅੰਦਰ ਸ਼ੱਕ ਸ਼ੋਭਾ ਨਾ ਰਹਿ ਜਾਏ। ਮੈਂ ਆਪਣੀ ਵੱਲੋਂ ਪੂਰਨ ਯਤਨ ਕਰ ਰਿਹਾ, ਪੂਰੀ ਤਨਦੇਹੀ ਨਾਲ, ਪੂਰੀ ਇਮਾਨਦਾਰੀ ਨਾਲ, ਕਿ ਗੁਰੂ ਮਹਾਰਾਜ ਦੇ ਇਤਿਹਾਸ ਨੂੰ ਬਿਲਕੁਲ ਇਆਂ ਕਰਕੇ ਪ੍ਰਗਟ ਕਰਕੇ ਸਾਹਮਣੇ ਕੀਤਾ ਜਾਵੇ ਤਾਂ ਕਿ ਕਿਸੇ ਵੀ ਮਨ ਦੇ ਅੰਦਰ ਕੋਈ ਦੁਬਧਾ ਵਾਲੀ ਬਾਤ ਨਾ ਰਹਿ ਜਾਏ। ਇਹ ਗੱਲ ਵੱਖਰੀ ਹੈ ਕਿਉਂਕਿ ਦੂਸਰਾ ਗੁਰਮੁਖ ਪਿਆਰੇ ਆਵੇਗਾ, ਉਹ ਆਪਣਾ ਤਰੀਕੇ ਨਾਲ ਸੁਣਾਏਗਾ, ਕਿਉਂਕਿ ਆਪ ਨਹੀਂ ਬੁੱਧ ਹੈ ਜੇਤੀ ਵਰਣ ਤੇ ਪਹਿਨੇ ਭਿੰਨਤਾ ਉਤੇ ਤੀ। ਪਰ ਆਪਾਂ ਗੱਲ ਗੁਰੂ ਦੀ ਕਰਨੀ ਹੈ, ਗੁਰੂ ਦਾ ਜਸ ਕਰਨਾ। ਜਦੋਂ ਸਤਿਗੁਰੂ ਜੀ ਸਰਸਾ ਨਦੀ ਤੋਂ ਪਾਰ ਹੋਏ ਤਾਂ ਉੱਥੇ ਪਰਿਵਾਰ ਵਿਛੋੜਾ ਹੋਇਆ। ਅੱਜ ਉੱਥੇ ਗੁਰਦੁਆਰਾ ਸਾਹਿਬ ਵੀ ਹੈ। ਪਰਿਵਾਰ ਵਿੱਚ ਜਿਹੜੇ ਗੁਰੂ ਸਾਹਿਬ ਦੇ ਮਹਿਲ ਸਨ ਉਹ ਤੇ ਚਲੇ ਗਏ, ਦਿੱਲੀ ਨੂੰ ਭੇਜ ਦਿੱਤੇ ਗਏ।
ਪਰ ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਇੱਥੇ ਵਿਛੜੇ। ਅਤੇ ਜਦੋਂ ਸਰਸਾ ਨਦੀ 'ਚੋਂ ਪਾਰ ਨਿਕਲੇ ਤਾਂ ਪਿੱਛੋਂ ਇੱਕ ਸਿੰਘ ਨੇ ਆ ਕੇ ਆਖਿਆ, ਮਹਾਰਾਜ ਬੇਨਤੀ ਸੁਣੋ। ਮਹਾਰਾਜ ਕਹਿੰਦੇ ਜਲਦੀ ਜਲਦੀ ਬੋਲੋ ਕੀ ਹੈ। ਅਤੇ ਉਹਨਾਂ ਨੇ ਫਿਰ ਦੱਸਿਆ ਕਿ ਵਿਛੜ ਗਏ ਸ੍ਰੀ ਮਾਤ ਬੱਚੇ ਪਿਆਰੇ। ਮਾਤਾ ਜੀ, ਸ੍ਰੀ ਮਾਤ ਮੈਨੇ ਵੱਡੇ ਮਾਤਾ ਜੀ ਅਤੇ ਨਾਲ ਉਹਨਾਂ ਦੇ ਪੋਤਰੇ ਛੋਟੇ ਸਾਹਿਬਜ਼ਾਦੇ, ਜਿਨ੍ਹਾਂ ਨੂੰ ਆਪਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਰਕੇ ਕਹਿੰਦੇ ਹਾਂ। ਕੱਲ੍ਹ ਸ਼ਹੀਦ ਔਰ ਬਾਬਾ ਸ਼ਬਦ ਦੀ ਵਜ਼ਾਹਤ ਆਪਾਂ ਰਲ ਮਿਲ ਕੇ ਕੀਤੀ ਸੀ। ਸ਼ਹੀਦ ਔਰ ਬਾਬਾ ਸ਼ਬਦ ਕਿਵੇਂ ਇਹਨਾਂ ਨਾਲ ਆ ਕੇ ਰਲਿਆ, ਜੁੜਿਆ, ਅਤੇ ਅਸੀਂ ਇਹਨਾਂ ਨੂੰ ਇਸੇ ਸਤਿਕਾਰ ਨਾਲ, ਗੁਰੂ ਦੇ ਸਾਹਿਬਜ਼ਾਦੇ ਨੇ, ਪੁੱਤਰ ਨੇ, ਆਪਾਂ ਸਾਹਿਬਜ਼ਾਦਾ ਵੀ ਕਹਿ ਸਕਦੇ ਹਾਂ, ਕੁਛ ਵੀ ਕਹਿ ਸਕਦੇ ਹਾਂ, ਪਰ ਬਾਬਾ ਸ਼ਬਦ ਉਹਨਾਂ ਨਾਲ ਇੱਦਾਂ ਜੁੜਿਆ। ਇੱਥੇ ਇੱਕ ਪ੍ਰਸ਼ਨ ਖੜ੍ਹਾ ਹੁੰਦਾ ਹੈ, ਦਾਸ ਨੂੰ ਵੀ ਕੀਤਾ ਸੀ, ਮੈਂ ਰਾਤੀ ਵੀ ਆਪ ਨਾਲ ਸਾਂਝਾ ਕੀਤਾ ਸੀ, ਵੀ ਗੁਰੂ ਕਿਰਪਾ ਨਾਲ ਸਵੇਰੇ ਇਸ ਨੂੰ ਕਲੀਅਰ ਕਰਨ ਦਾ ਯਤਨ ਕਰਾਂਗੇ। ਮੈਂ ਟੋਰੋਂਟੋ ਗਿਆ, ਰੈਕਸਡੇਲ ਸਿੱਖ ਸਪਿਰਚੁਅਲ ਸੈਂਟਰ ਗੁਰਦੁਆਰਾ ਹੈ ਉੱਥੇ, ਰੈਕਸਡੇਲ ਸਿੱਖ ਸਪਿਰਚੁਅਲ ਸੈਂਟਰ, ਉਹਨਾਂ ਨੇ ਬੁਲਾਇਆ। ਅਤੇ ਬੱਚਿਆਂ ਦੇ ਮਨ ਵਿੱਚ ਇੱਕ ਐਸਾ ਪ੍ਰਸ਼ਨ ਸੀ, ਕਿਉਂਕਿ ਅੱਜ ਕੱਲ੍ਹ ਦੇ ਬੱਚੇ ਸਾਰੇ ਕੰਪਿਊਟਰਾਈਜ਼ ਬ੍ਰੇਨ ਦੇ ਬੱਚੇ ਨੇ, ਇਸ ਲਈ ਇਹਨਾਂ ਦੇ ਸਵਾਲ ਵੀ ਬੜੇ ਵਿਖੜੇ ਹੁੰਦੇ ਨੇ। ਪੁਰਾਣੇ ਲੋਕ ਬੜੇ ਸਾਦਾ ਲਾਓ ਹੁੰਦੇ ਸੀ, ਪਹਿਲੀ ਗੱਲ ਤਾਂ ਗੁਰੂ ਜੀ ਦੇ ਕਿਸੇ ਕਰਮ 'ਤੇ ਕਿੰਤੂ ਪਰੰਤੂ ਕਰਦੇ ਹੀ ਨਹੀਂ ਸਨ, ਉਹ ਕਿਸੇ ਵੀ ਕਰਮ ਦੇ ਉੱਤੇ ਕਿੰਤੂ ਪਰੰਤੂ ਕਰਦੇ ਹੀ ਨਹੀਂ ਸਨ। ਗੁਰ ਕਿਹਾ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ, ਗੁਰੂ ਨੇ ਕੀ ਕਰਨੀ ਕੀਤੀ ਆਪਾਂ ਉਹਨੇ, ਉਹਨਾਂ ਨੇ ਜੋ ਸਾਨੂੰ ਕਿਹਾ ਉਹ ਕਰਦੇ ਸੀ। ਪਰ ਅੱਜ ਦੇ ਬੱਚੇ ਜੋ ਪੜ੍ਹੇ ਲਿਖੇ ਯੁੱਗ ਦੇ ਬੱਚੇ ਨੇ, ਜਾਂ ਮੈਂ ਕਿਹਾ ਕੰਪਿਊਟਰਾਈਜ਼ ਬ੍ਰੇਨ ਬੱਚੇ ਨੇ, ਉਹਨਾਂ ਦੇ ਦਿਮਾਗ ਅੰਦਰ ਬੜੇ ਤਰ੍ਹਾਂ ਤਰ੍ਹਾਂ ਦੇ ਸਵਾਲ ਆਉਂਦੇ ਨੇ। ਅਤੇ ਉਹਨਾਂ ਨੇ ਮੈਨੂੰ ਆਖਿਆ, ਕਹਿੰਦੇ ਬਾਬਾ ਜੀ, ਤੁਹਾਡਾ ਸੀ ਤੁਸੀਂ ਇਤਿਹਾਸ ਸੁਣਾਇਆ ਸੁਣਿਆ, ਪਰ ਬੀਇੰਗ ਏ ਫਾਦਰ, ਗੁਰੂ ਸਾਹਿਬ ਨੂੰ ਕਿੰਨੀ ਦੇਰ ਬਾਅਦ ਪਤਾ ਲੱਗਾ ਕਿ ਸਾਹਿਬਜ਼ਾਦੇ ਬੱਚੇ ਵਿਛੜ ਗਏ ਨੇ? ਬੀਇੰਗ ਏ ਸਨ, ਉਹਨਾਂ ਨੂੰ ਕਿੰਨੀ ਦੇਰ ਬਾਅਦ ਪਤਾ ਲੱਗਾ ਕਿ ਮਾਤਾ ਜੀ ਵਿਛੜ ਗਏ ਨੇ? ਮੈਂ ਕਿਹਾ ਥੋੜ੍ਹੀ ਦੇਰ ਬਾਅਦ ਹੀ ਪਤਾ ਲੱਗਾ, ਮਾਨੋ 5 ਮਿੰਟ ਬਾਅਦ 10 ਮਿੰਟ ਬਾਅਦ 15 ਮਿੰਟ ਅੱਧੇ ਘੰਟੇ ਬਾਅਦ ਵੀ ਪਤਾ ਲੱਗਿਆ ਹੋਵੇਗਾ, ਨਦੀ ਪਾਰ ਕਰਦਿਆਂ ਇੰਨਾ ਟਾਈਮ 'ਤੇ ਐਕਸਪੈਕਟੇਸ਼ਨ ਹੈ, ਫਿਰ ਲੱਗਿਆ ਹੋਵੇਗਾ। ਪਰ ਚਮਕੌਰ ਦੀ ਗੜੀ ਵਿੱਚ, ਹਵੇਲੀ ਵਿੱਚ ਜਾਣ ਤੋਂ ਪਹਿਲਾਂ ਸਤਿਗੁਰੂ ਜੀ ਨੇ ਖਬਰ ਪਿੱਛੇ ਸਿੰਘਾਂ ਨੇ ਆਇਆਂ ਨੇ ਦੇ ਦਿੱਤੀ ਕਿ ਵਿਛੜ ਗਏ ਸ੍ਰੀ ਮਾਤ ਬੱਚੇ ਪਿਆਰੇ, ਘਬਰਾਏ ਸਿੱਖ ਸਤਿਗੁਰੂ ਕੇ ਸੇ ਪੁਕਾਰੇ। ਤਾਂ ਦੱਸੋ ਫਿਰ ਬੀਇੰਗ ਏ ਫਾਦਰ ਔਰ ਬੀਇੰਗ ਏ ਸਨ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵਾਪਸ ਆਉਣਾ ਚਾਹੀਦਾ ਸੀ ਕਿੰਨੇ ਬੱਚਿਆਂ ਦੀ ਤਲਾਸ਼ ਵਿੱਚ ਔਰ ਮਾਤਾ ਜੀ ਦੀ ਤਲਾਸ਼ ਵਿੱਚ? ਮੈਂ ਚੁੱਪ ਕਰ ਗਿਆ, ਮੇਰੇ 'ਤੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਕਿਹਾ ਇਹਨਾਂ ਬੱਚਿਆਂ ਦੇ ਦਿਮਾਗ ਕੀ ਸੋਚਦੇ ਨੇ, ਕਿਉਂਕਿ ਉਹ ਗੁਰਬਾਣੀ ਨਹੀਂ ਪੜ੍ਹਦੇ, ਸਿਰਫ ਕਿਤਾਬਾਂ ਜਾਂ ਗੂਗਲ ਦੇਖ ਲਿਆ ਜਾਂ ਇੰਟਰਨੈਟ ਪੜ੍ਹ ਲਿਆ ਜਾਂ ਯੂਟਿਊਬ ਪੜ੍ਹ ਲਈ ਜਾਂ ਕੁਛ, ਉੱਥੇ ਇੱਦਾਂ ਦੇ ਸਵਾਲ ਬੜੇ ਚੱਲਦੇ ਨੇ। ਜੇ ਗੁਰਬਾਣੀ ਪੜ੍ਹੋਗੇ ਤਾਂ ਸਾਨੂੰ ਇਹਦੇ ਵਿੱਚੋਂ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਏਗਾ। ਉਹਨਾਂ ਨੇ ਆਖਿਆ ਵੀ ਬੀਇੰਗ ਏ ਫਾਦਰ ਔਰ ਸਨ, ਉਹਨਾਂ ਨੂੰ ਵਾਪਸ, ਉਸ ਬੱਚੇ ਨੇ ਤਾਂ ਇਹ ਸ਼ਬਦ ਵੀ ਬੋਲਦਾ ਸੀ ਵੀ ਸ਼ਾਇਦ ਉਹ ਅੱਛੇ ਬਾਪ ਨਹੀਂ ਸਿੱਧ ਹੋਏ ਜਾਂ ਅੱਛੇ ਪੁੱਤਰ ਨਹੀਂ ਸਿੱਧ, ਐਸੀ ਗੱਲ ਹੈ। ਮੈਂ ਕਿਹਾ ਨਾ ਬੇਟਾ, ਇੱਦਾਂ ਨਹੀਂ ਕਹੀਦਾ, ਤੁਸੀਂ ਸਵਾਲ ਕਰੋ, ਆਪ ਜਵਾਬ ਨਾ ਦਿਓ। ਜੇ ਮੈਨੂੰ ਸਵਾਲ ਪੁੱਛਿਆ ਤਾਂ ਮੈਂ ਗੁਰੂ ਦੀ ਕਿਰਪਾ ਨਾਲ ਜਵਾਬ ਦਿਆਂ, ਤਾਂ ਜੇ ਤੁਸੀਂ ਆਪੇ ਹੀ ਸਵਾਲ ਕਰਕੇ ਆਪੇ ਹੀ ਜਵਾਬ ਦੇਣਾ ਹੈ ਤਾਂ ਫਿਰ ਸਾਡੇ ਕੋਲ ਕਾਹਦੇ ਵਾਸਤੇ ਆਏ? ਅਸੀਂ ਹੁਣ ਵੀ ਕਈ ਵਾਰੀ ਦੇਖਦੇ, ਕੋਈ ਸੱਜਣ ਪਿੱਛ ਸਾਨੂੰ ਮਿਲਣ ਵਾਸਤੇ ਆਉਂਦੇ ਨਾ, ਉਹ ਆਪੇ ਹੀ ਸਵਾਲ ਕਰਕੇ ਅੱਧਾ ਘੰਟਾ ਆਪੇ ਬੋਲ ਕੇ ਜਵਾਬ ਦੇ ਕੇ ਚਲੇ ਜਾਂਦੇ। ਫਿਰ ਸਾਡੇ ਕੋਲ ਆਉਣ ਦਾ ਕੀ ਫਾਇਦਾ ਜੇ ਤੁਹਾਨੂੰ ਸਵਾਲ ਵੀ ਪਤਾ ਅਤੇ ਜਵਾਬ ਵੀ ਪਤਾ? ਮੈਂ ਉਹਨਾਂ ਨੂੰ ਆਖਿਆ, ਹਾਂ ਬੇਟਾ। ਕਹਿੰਦਾ ਜੀ, ਉਹਨਾਂ ਨੂੰ ਕਿੰਨੀ ਦੇਰ ਬਾਅਦ ਪਤਾ ਲੱਗਿਆ? ਮੈਂ ਕਿਹਾ ਜਸ ਅੱਧੇ ਘੰਟੇ ਵਿੱਚ ਪਤਾ ਲੱਗ ਗਿਆ, ਥੋੜ੍ਹਾ ਸਮਾਂ ਲੱਗ ਗਿਆ। ਫਿਰ ਉਹਨਾਂ ਨੂੰ ਵਾਪਸ ਆਉਣਾ ਚਾਹੀਦਾ ਕਿ ਨਹੀਂ ਚਾਹੀਦਾ ਸੀ? ਉਹ ਕਿਉਂ ਨਹੀਂ ਆਏ ਆਪਣੇ ਮਾਤਾ ਜੀ ਦੀ ਖਬਰ ਲੈਣ ਵਾਸਤੇ? ਉਹ ਕਿਉਂ ਨਹੀਂ ਆਏ ਆਪਣੇ ਬੱਚਿਆਂ ਦੀ ਤਲਾਸ਼ ਕਰਨ ਵਾਸਤੇ? ਉਹਨਾਂ ਕੋਲ ਤਾਂ ਬੜੇ ਬੜੇ ਤਾਰੂ ਸਿੰਘ ਹੋਣਗੇ ਜਿਨ੍ਹਾਂ ਨੂੰ ਕਹਿਣਾ ਸੀ ਵੀ ਜਾਓ ਮਾਰੋ, ਚੁੱਭੇ ਮਾਰੋ, ਦੇਖੋ ਕਿਤੇ ਕੋਈ ਐਸੀ ਘਟਨਾ ਤਾਂ ਨਹੀਂ ਵਾਪਰ ਗਈ ਕਿ ਸਰਸਾ ਦਾ ਬਹਾਓ ਪਾਣੀ ਮੇਰੇ ਬੱਚਿਆਂ ਨੂੰ ਬਹਾ ਕੇ, ਬੱਚੇ ਤਾਂ ਛੋਟੇ ਨੇ, ਨਾਦਾਨ ਨੇ। ਉਹਨਾਂ ਕੋਲ ਤਾਂ ਬੜੇ ਬੜੇ ਐਸੇ ਐਸੇ ਸਿੰਘ ਹੋਣਗੇ ਜਿਹੜੇ ਵਗਦੇ ਦਰਿਆ ਪਾਰ ਕਰ ਸਕਦੇ, ਉਹਨਾਂ ਨੂੰ ਚੋਬੇ ਮਾਰ ਕੇ ਦੇਖਣਾ ਚਾਹੀਦਾ ਸੀ, ਉਹਦਾ ਇਹ ਭਾਵ ਸੀ। ਮੈਂ ਕਿਹਾ ਨਹੀਂ ਬੇਟਾ, ਉਹ ਵਾਪਸ ਨਹੀਂ ਆਏ, ਜਾਣ ਕੇ ਨਹੀਂ ਆਏ। ਕਹਿੰਦਾ ਕਿੱਦਾਂ ਜਾਣ ਕੇ ਕਿਉਂ ਨਹੀਂ ਆਏ? ਮੈਂ ਕਿਹਾ ਬੇਟਾ ਤੂੰ ਕਿੰਨਵੀਂ 'ਚ ਪੜ੍ਹਨਾ ਹੈ? ਉਹਨੇ ਆਪਣਾ ਲੈਵਲ ਦੱਸਿਆ। ਤੂੰ ਐਗਜ਼ਾਮੀਨੇਸ਼ਨ ਹਾਲ 'ਚ ਬੈਠਾ ਹੈ, ਕੁਐਸਚਨ ਪੇਪਰ ਤੇਰੇ ਸਾਹਮਣੇ ਆ ਗਿਆ, ਬਾਕੀ ਸਵਾਲ ਜਵਾਬ ਤੈਨੂੰ ਸਾਰੇ ਯਾਦ ਨੇ, ਪਰ ਇੱਕ ਐਸਾ ਸਵਾਲ ਹੈ ਜਿਹਦਾ ਤੈਨੂੰ ਜਵਾਬ ਦਾ ਨਹੀਂ ਪਤਾ। ਪੇਪਰ ਤੇਰੇ ਕੋਲ ਪੈ ਗਿਆ, ਪੇਪਰ ਪੈ ਗਿਆ ਤੈਨੂੰ, ਉਸ ਵੇਲੇ ਤੇਰੇ ਬਾਪ ਨੂੰ ਤੇਰੀ ਮਦਦ ਕਰਨ ਵਾਸਤੇ ਆਉਣਾ ਚਾਹੀਦਾ, ਉਸ ਵੇਲੇ ਤੇਰੇ ਟਿਊਟਰ ਨੂੰ ਤੇਰੀ ਮਦਦ ਕਰਨ ਵਾਸਤੇ ਆਉਣਾ ਚਾਹੀਦਾ, ਉਸ ਵੇਲੇ ਤੇਰੇ ਟੀਚਰ ਨੂੰ ਤੇਰੀ ਮਦਦ ਕਰਨ ਵਾਸਤੇ ਆਉਣਾ ਕਿ ਨਹੀਂ? ਕਹਿੰਦਾ ਉਹ ਤਾਂ ਨਹੀਂ ਆਉਂਦੇ, ਸਵਾਲ ਤੇਰੇ ਸਾਹਮਣੇ ਪੈ ਗਏ,
ਤੈਨੂੰ ਪੜ੍ਹਾਉਣ ਵਾਲਿਆਂ ਨੂੰ ਮਗਰ ਜਾਣਾ ਚਾਹੀਦਾ ਕਿ ਨਹੀਂ ਚਾਹੀਦਾ, ਵੀ ਸਾਡਾ ਵਿਦਿਆਰਥੀ ਵੀ ਕਿਸੇ ਮੁਸ਼ਕਲ ਵਿੱਚ ਫਸ ਗਿਆ? ਨਹੀਂ, ਜੇ ਤੇਰੇ ਮਾਸਟਰ ਨੇ ਤੈਨੂੰ ਸਹੀ ਪੜ੍ਹਾਇਆ ਹੋਵੇਗਾ ਤਾਂ ਤੇਰੇ ਮਾਸਟਰ ਨੂੰ ਭਰੋਸਾ ਹੋਏਗਾ ਕਿ ਮੇਰਾ ਬੱਚਾ ਇਹ ਸਵਾਲ ਹੱਲ ਕਰਕੇ ਆਏਗਾ। ਮੇਰੇ ਗੁਰੂ ਨੂੰ ਭਰੋਸਾ ਹੈ ਕਿ ਮੇਰੇ ਮਾਤਾ ਵੀ ਇਸ ਮੁਸ਼ਕਲ ਦੀ ਘੜੀ ਵਿੱਚੋਂ ਨਿਕਲ ਜਾਣਗੇ, ਔਰ ਗੁਰੂ ਨੂੰ ਭਰੋਸਾ ਹੈ ਕਿ ਮੇਰੇ ਬੱਚਿਆਂ ਨੂੰ ਜਿਹੜੀ ਤਾਲੀਮ ਦਿੱਤੀ ਮੇਰੀ ਮਾਂ ਨੇ, ਮੇਰੇ ਬੱਚੇ ਵੀ ਉਹਦੇ ਅੰਦਰ ਪੂਰੇ ਨੰਬਰ ਲੈ ਕੇ ਪਾਸ ਹੋਣਗੇ। ਆਖੋ ਸਤਨਾਮ। ਮੈਂ ਕਿਹਾ ਇਸ ਲਈ ਨਹੀਂ ਆਏ, ਇਸ ਲਈ ਨਹੀਂ ਆਏ ਕਿ ਗੁਰੂ ਨੂੰ ਪਤਾ ਹੈ ਤੇ ਮਾਂ ਕੌਣ ਹੈ ਜਿਹਨੇ ਪੌਣੇ 27 ਸਾਲ ਕਠਿਨ ਤਪੱਸਿਆ ਕੀਤੀ, ਇਹ ਮਾਤਾ ਜੀ ਕੌਣ ਨੇ ਜਿਹਨਾਂ ਨੇ ਪੌਣੇ 27 ਸਾਲ ਮਰਦ ਅਗੰਬੜੇ ਵਰਿਆਮ ਅਕੇਲੇ ਦੀ ਪ੍ਰਾਪਤੀ ਵਾਸਤੇ ਏਡੀ ਕਠਿਨ ਤਪੱਸਿਆ, ਏਡੀ ਕਠਿਨ ਤਪੱਸਿਆ, ਤਾਂ ਜੇ ਮੁਸ਼ਕਲ ਦਾ ਸਮਾਂ ਆਇਆ ਤੇ ਪਿਤਾ ਨੂੰ ਪਤਾ ਹੈ ਕਿ ਮੇਰੀ ਮਾਂ ਦੀ ਤਪੱਸਿਆ ਇਹਦੇ ਪਿੱਛੇ ਕੰਮ ਕਰੇਗੀ, ਮੇਰੇ ਮਾਤਾ ਜੀ ਵੀ ਅਡੋਲ ਤੇ ਇਹਲ ਰਹਿਣਗੇ, ਤੇ ਜਿਸ ਮਾਂ ਨੇ ਪੋਤਰਿਆਂ ਨੂੰ ਗੋਦੀ ਵਿੱਚ ਬਿਠਾ ਕੇ ਲੋਰੀਆਂ ਦਿੱਤੀਆਂ ਨੇ, ਮੇਰੇ ਪੋਤਰੇ ਵੀ ਇਸ ਪ੍ਰੀਖਿਆ ਵਿੱਚੋਂ ਪਾਸ ਹੋਏ, ਇਸ ਲਈ ਮੈਨੂੰ ਮਗਰ ਜਾਣ ਦੀ ਕੋਈ ਲੋੜ ਨਹੀਂ। ਤੇ ਦੇਖ ਲਓ, ਇਤਿਹਾਸ ਦੱਸਦਾ ਹੈ ਕਿ ਮਾਤਾ ਜੀ ਵੀ ਪੂਰੇ ਨੰਬਰ ਲੈ ਕੇ ਪਾਸ ਹੋਏ ਔਰ ਬੱਚੇ ਵੀ ਪੂਰੇ ਨੰਬਰ ਲੈ ਕੇ ਪਾਸ ਹੋਏ। ਇਹਨੂੰ ਕਹਿੰਦੇ ਨੇ ਮਾਣ, ਇਹਨੂੰ ਕਹਿੰਦੇ ਨੇ ਭਰੋਸਾ। ਇਸ ਲਈ ਬੱਚਾ ਉਹ ਬੱਚਾ ਮੰਨ ਗਿਆ। ਫਿਰ ਹੋਰ ਵੀ ਉਹਨਾਂ ਨੇ ਕਈ ਪ੍ਰਕਾਰ ਦੇ ਸਵਾਲ ਕੀਤੇ। ਮੈਂ ਹੁਣੇ ਦੱਸਿਆ ਨਾ ਕਿ ਅੱਜ ਦੇ ਯੁੱਗ ਅੰਦਰ ਕਥਾ ਵਾਰਤਾ ਕਰਨੀ ਬਹੁਤ ਮੁਸ਼ਕਲ ਹੋ ਗਈ ਹੈ, ਇਹਦੀ ਨਿਸਬਤ ਕੀਰਤਨ ਬਹੁਤ ਸੌਖਾ ਹੋ ਗਿਆ, ਕੀਰਤਨ ਬਹੁਤ ਸੌਖਾ ਹੋ ਗਿਆ। ਮੋਬਾਈਲ ਸਾਹਮਣੇ ਰੱਖੋ, ਸ਼ਬਦ ਲਿਖਿਆ ਪੜ੍ਹਿਆ, ਚਲੋ ਬਈ ਸ਼ਬਦ ਬਾਜਾ ਕੱਢਿਆ, ਉਹ ਸ਼ਬਦ ਕਿੰਨੀ ਕਿੰਨੀ ਵਾਰ ਪੜ੍ਹਿਆ, ਸ਼ਬਦ ਪੜ੍ਹ ਕੇ ਉੱਠ ਗਏ ਸ਼ਬਦ। ਪਰ ਜਦੋਂ ਤੁਸੀਂ ਕਥਾ ਕਰਦੇ ਹੋ, ਸਟੇਜ 'ਤੇ ਬੈਠ ਕੇ ਕੋਈ ਪ੍ਰਵਚਨ ਸੰਗਤਾਂ ਨੇ ਕਰਦੇ ਆ ਨਾ, ਹਰ ਬੰਦੇ ਦੀ ਬਿਰਤੀ ਅਲੱਗ ਅਲੱਗ ਹੁੰਦੀ, ਉਹਦੇ ਵਿੱਚੋਂ ਸਵਾਲ ਲੱਭਣ ਦਾ ਯਤਨ ਕਰਦਾ ਵੀ ਇਹਨਾਂ ਨੇ ਆਹ ਕਿਹਾ ਤਾਂ ਕਿੱਦਾਂ ਕਿਹਾ। ਇਸ ਲਈ ਅੱਜ ਦੇ ਦੌਰ ਅੰਦਰ ਕੰਪਿਊਟਰਾਈਜ਼ ਬ੍ਰੇਨ ਦੇ ਬੱਚਿਆਂ ਨੂੰ ਜਵਾਬ ਦੇਣਾ ਵੀ, ਕਿਸੇ ਬੱਚੇ ਨੇ ਆਖਿਆ ਜੀ ਗੁਰੂ ਸਾਹਿਬ ਬਾਜ਼ ਕਿਉਂ ਹੱਥ 'ਤੇ ਰੱਖਦੇ ਸੀ? ਲੈ ਦੱਸੋ, ਤੈਨੂੰ ਕੀ ਯਾਰ, ਤੂੰ ਰਹਿਣ ਦੇ, ਤੂੰ ਰੱਖ ਲੈ। ਨਹੀਂ, ਪਰ ਇਹੀ ਦੇਖਣਾ ਵੀ ਗੁਰੂ ਸਾਹਿਬ ਆਹ ਕਿਉਂ ਕਰਦੇ ਸਨ, ਗੁਰੂ ਸਾਹਿਬ ਨੇ ਅੰਮ੍ਰਿਤ ਕਿਉਂ ਛਕਾਇਆ, ਗੁਰੂ ਸਾਹਿਬ ਨੇ ਕਕਾਰ ਰੱਖਣ ਨੂੰ ਕਿਉਂ ਕਿਹਾ, ਗੁਰੂ ਸਾਹਿਬ ਬਾਣੀ ਪੜ੍ਹਨ ਨੂੰ ਕਿਉਂ ਕਹਿੰਦੇ ਨੇ, ਮੇਰਾ ਮਨ ਸਾਫ ਚਾਹੀਦਾ ਹੈ, ਨਾ ਅੰਮ੍ਰਿਤ ਛਕਣ ਦੀ ਕੋਈ ਲੋੜ ਨਹੀਂ। ਤਾਂ ਪਿਆਰਾ, ਗੁਰੂ ਸਾਹਿਬ ਜੀ ਦਾ ਮਨ ਮੈਲਾ ਸੀ, ਉਹਨਾਂ ਨੇ ਅੰਮ੍ਰਿਤ ਛਕਿਆ, ਆਪ ਛਕਿਆ? ਤੈਨੂੰ ਤਾਂ ਦੋ ਬਾਣੀਆਂ, ਪੰਜ ਬਾਣੀਆਂ, ਸੱਤ ਬਾਣੀਆਂ ਯਾਦ ਹੋਣਗੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਅਤੇ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਯਾਦ ਸੀ, ਅਤੇ ਤੂੰ ਉਹਨਾਂ ਨਾਲੋਂ ਸਿਆ। ਪਰ ਅਸੀਂ ਕਿੰਤੂ ਪਰੰਤੂ ਕਰਨ ਦੀ, ਅੱਜ ਦੇ ਯੁੱਗ ਅੰਦਰ ਕ੍ਰਿਟਿਕ ਬ੍ਰੇਨ ਇੰਨਾ ਹੋ ਗਿਆ, ਕਿੰਤੂ ਪਰੰਤੂ ਇੰਨਾ ਹੋ ਗਿਆ ਕਿ ਕਈ ਵਾਰੀ ਸਾਨੂੰ ਉਹਨਾਂ ਦੇ ਸਾਹਮਣੇ ਹੱਥ ਹੀ ਜੋੜਨੇ ਪੈਂਦੇ ਨੇ। ਅਤੇ ਫਿਰ ਬਾਣੀ ਅੰਦਰ ਲਿਖਿਆ, ਮਸਕੀਨ ਜੀ ਅਤੇ ਦਾਸਾਂ ਦਾ ਪਿਤਾ ਜੀ ਦਾ ਜਥਾ, ਅਸੀਂ ਸੀਸਗੰਜ ਕੀਰਤਨ ਕਰਕੇ ਬਾਹਰ ਨਿਕਲੇ, ਬੋਰਡ ਦੇ ਥੱਲੇ ਖੜੋਤੇ ਸਨ। ਇੱਕ ਬੰਦਾ ਆਇਆ, ਮਸਕੀਨ ਜੀ ਨੂੰ ਕਹਿਣ ਲੱਗਾ, ਮਸਕੀਨ ਜੀ ਇਹ ਜਿਹੜਾ ਮੈਂ ਸਵਾਲ ਤੁਹਾਨੂੰ ਪੁੱਛਣ ਲੱਗਾ ਨਾ, ਇਹ ਮੈਂ ਗਿਆਨੀ ਮਾਨ ਸਿੰਘ ਚੌਰ ਨੂੰ ਪੁੱਛਿਆ, ਗਿਆਨੀ ਊਧਮ ਸਿੰਘ ਨੂੰ ਪੁੱਛਿਆ, ਇੱਥੇ ਰਜੌਰੀ ਗਾਰਡਨ ਰਹਿੰਦੇ ਸਨ ਗਿਆਨੀ ਊਧਮ ਸਿੰਘ ਜੀ, ਉਹਨਾਂ ਨੂੰ ਵੀ ਪੁੱਛਿਆ, ਮੈਂ ਸਾਹਿਬ ਸਿੰਘ ਨੂੰ ਪੁੱਛਿਆ, ਉਹਨਾਂ ਨੂੰ ਪੁੱਛਿਆ, ਅਤੇ ਉਹਨਾਂ ਨੇ ਮੇਰੀ ਤਸੱਲੀ ਨਹੀਂ ਕਰਾਈ, ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓ। ਉਹ ਕਹਿੰਦੇ, ਪਿਆਰੇ ਜੇ ਇੰਨੇ ਵੱਡੇ ਵੱਡੇ ਵਿਹਾਨ ਵਿਦਵਾਨ ਪੁਰਸ਼ ਤੇਰੀ ਤਸੱਲੀ ਨਹੀਂ ਕਰਾ ਸਕੇ, ਤਾਂ ਤੂੰ ਮੈਨੂੰ ਵੀ ਆਗਿਆ ਦੇ, ਮੈਂ ਵੀ ਤੇਰੀ ਤਸੱਲੀ ਨਹੀਂ ਕਰਾ ਸਕਦਾ। ਉਹ ਚਲਾ ਗਿਆ। ਪਿਤਾ ਜੀ ਕਹਿਣ ਲੱਗੇ, ਮਸਕੀਨ ਜੀ ਬੜੀ ਜਲਦੀ ਪਿੱਛਾ ਛਡਾਇਆ। ਕਹਿੰਦੇ, ਭਾਈ ਸਾਹਿਬ ਰੋਜ਼ ਬਾਣੀ ਪੜ੍ਹਦੇ ਹਾਂ ਕਿ ਪੜ ਅੱਖਰ ਇਹੋ ਬੁਝੀਏ, ਉੱਥੇ ਹਾਰ ਮੰਨਣੀ ਬਿਹਤਰ ਹੈ। ਮਸਕੀਨ ਜੀ ਨੇ ਕਿਹਾ, ਪਿਤਾ ਜੀ ਨੂੰ ਕਿਹਾ, ਔਰ ਇੱਥੇ ਸੀਸਗੰਜ ਸਾਹਿਬ ਕਿਹਾ ਜਿੱਥੇ ਪਹਿਲਾਂ ਬੋਰਡ ਹੁੰਦਾ ਸੀ, ਤੁਹਾਡੇ ਵਿੱਚੋਂ ਕਿਸੇ ਨੇ ਬੋਰਡ ਵਾਲਾ ਥਾਂ ਨਜ਼ਾਰਾ ਦੇਖਿਆ ਹੋਵੇਗਾ, ਕੁਤਵਾਲੀ ਦੇ ਮੋਹਰੇ ਉੱਥੇ ਖੜਤਿਆ। ਉਹਦਾ ਕਾਰਨ ਕੀ ਹੈ? ਉਸ ਬੰਦੇ ਦਾ ਸਵਾਲ ਵੀ ਆਪਣਾ ਹੀ ਹੈ ਅਤੇ ਉਸ ਬੰਦੇ ਦਾ ਜਵਾਬ ਵੀ ਆਪਣਾ ਹੀ ਹੈ, ਤਦੇ ਹੀ ਨਹੀਂ ਉਹਨੂੰ ਉਹ ਜਵਾਬ ਮਿਲਦਾ। ਕਿਉਂਕਿ ਹੁਣ ਜੇ ਪ੍ਰੋਫੈਸਰ ਸਾਹਿਬ ਸਿੰਘ ਨੂੰ ਪੁੱਛੋ ਤਾਂ ਉਹਨਾਂ ਨੇ ਤਾਂ ਆਪਣਾ ਜਵਾਬ ਦੇਣਾ, ਜੇ ਗਿਆਨੀ ਮਾਨ ਸਿੰਘ ਚੌਰ ਜੀ ਨੂੰ ਪੁੱਛੋ ਤਾਂ ਉਹਨਾਂ ਨੇ ਤਾਂ ਆਪਣਾ ਜਵਾਬ ਦੇਣਾ, ਪਰ ਉਹ ਸਵਾਲ ਵੀ ਆਪਣਾ ਹੀ ਬਣਾਈ ਬੈਠਾ ਸੀ ਅਤੇ ਜਵਾਬ ਵੀ ਆਪਣਾ ਹੀ ਬਣਾਈ ਬੈਠਾ ਸੀ। ਅਤੇ ਉਹ ਕਹਿੰਦੇ, ਮੈਨੂੰ ਖਿਮਾ ਕਰੋ, ਮੈਂ ਹੁਣ ਘੰਟਾ ਭਰ ਬੋਲ ਕੇ ਆਇਆ, ਹਾਲੇ ਥੋੜ੍ਹੀ ਥਕਾਨ ਹੈ, ਫਿਰ ਬਾਅਦ ਅੰਦਰ ਆਰਾਮ ਕਰਕੇ ਤੁਹਾਡਾ ਸਵਾਲ ਸੁਣਾਂਗੇ, ਫਿਰ ਵਿਚਾਰਾਂਗੇ। ਉਹ ਚਲਾ ਗਿਆ। ਅਤੇ ਪਿਤਾ ਜੀ ਨੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਮਸਕੀਨ ਜੀ ਬੜੀ ਜਲਦੀ, ਕਹਿੰਦੇ, ਭਾਈ ਸਾਹਿਬ ਤੁਸੀਂ ਆਸ਼ਾ ਦੀ ਵਾਰ ਦਾ ਕੀਰਤਨ ਕਰਦੇ ਹੋ, ਆਪਾਂ ਵੀ ਬਾਣੀ ਪੜ੍ਹਦੇ ਹਾਂ, ਪੜ ਅੱਖਰ ਇਹੋ ਬੁਝੀਏ ਮੂਰਖੇ ਲਾਣ ਲਾਣ ਜੀ। ਪਰ ਐਸੀ ਗੱਲ ਨਹੀਂ, ਹਰ ਸਵਾਲ ਦਾ ਜਵਾਬ ਸੰਸਾਰ ਦੇ ਉੱਤੇ ਹੈ। ਵੋ ਕੌਣ ਸਾ ਉੱਕਦਾ ਹੈ ਜੋ ਵਾਹ ਹੋ ਨਹੀਂ ਸਕਦਾ। ਦੇਖੋ ਫਾਰਸੀ ਵਿੱਚ ਕੀ ਲਿਖਿਆ, ਵੋ ਕੌਣ ਸਾ ਉੱਕਦਾ ਹੈ ਜੋ ਵਾਹ ਹੋ ਨਹੀਂ ਸਕਦਾ। ਵਾਹ ਮੈਨੇ ਹੱਲ, ਉੱਕਦਾ ਮੈਨੇ ਸਵਾਲ, ਦੱਸੋ ਕਿਹੜਾ ਸਵਾਲ ਹੈ ਜਿਹੜਾ ਹੱਲ ਨਹੀਂ ਹੋ ਸਕਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਪੜ੍ਹ ਕੇ ਦੇਖੋ, ਇੱਕੇ ਓਂਕਾਰ ਤੋਂ ਲੈ ਕੇ 18-10-20 ਤੱਕ ਮਨੁੱਖ ਦੇ ਹਰ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਿਆ। ਬਟ ਵਿਦ ਦੀ ਗ੍ਰੇਸ ਆਫ ਗੋਡ ਆਈ ਕੈਨ ਗਿਵ ਦੀ ਆਨਸਰ ਆਫ ਈਚ ਐਂਡ ਐਵਰੀ ਕੁਐਸਚਨ।
ਪਰ ਜੇ ਸੁਣਨਾ ਹੀ ਨਹੀਂ ਕਿਸੇ ਦਾ ਜਵਾਬ ਤੇ ਤੁਹਾਡਾ ਜਵਾਬ ਤੁਹਾਨੂੰ ਮੁਬਾਰਕ ਹੋਵੇ, ਅਸੀਂ ਤਾਂ ਫਿਰ ਗੁਰੂ ਦੀ ਗੱਲ ਕਰਨੀ। ਮੈਂ ਕਿਹਾ ਉਹ ਬੱਚਿਆ ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਕਿ ਗੁਰੂ ਜੀ ਇੱਕ ਅੱਛੇ ਬਾਪ ਨਹੀਂ ਸਿੱਧ ਹੋਏ, ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਕਿ ਗੁਰੂ ਜੀ ਅੱਛੇ ਪੁੱਤਰ ਨਹੀਂ ਸਿੱਧ ਹੋਏ। ਉਹ ਇਸੇ ਲਈ ਨਹੀਂ ਆਏ ਵੀ ਉਹਨਾਂ ਨੂੰ ਆਪਣੇ ਮਾਤਾ 'ਤੇ ਭਰੋਸਾ। ਜਿਸ ਮਾਂ ਨੇ ਪੌਣੇ 27 ਸਾਲ ਕਠਿਨ ਘਾਲਣਾ ਤਪੱਸਿਆ ਕੀਤੀ ਹੋਵੇ, ਉਹ ਮਾਂ ਇੱਦਾਂ ਦੇ ਸਵਾਲਾਂ ਨੂੰ ਕਹਿੰਦੇ ਉਹ ਹੱਲ ਨਹੀਂ ਕਰੇਗੀ। ਉਹਨਾਂ ਨੂੰ ਬੱਚਿਆਂ ਦਾ ਪਤਾ ਸੀ ਕਿ ਮੇਰੇ ਬੱਚਿਆਂ ਨੇ ਦਾਦੀ ਦੀਆਂ ਗੋਦਾਂ ਵਿੱਚ ਲੈ ਕੇ ਲੋਰੀਆਂ ਲਈਆਂ ਨੇ, ਉਹਨਾਂ ਨੂੰ ਬਾਣੀ ਦੀਆਂ ਸਿੱਖਿਆ ਦਿੱਤੀਆਂ ਨੇ, ਅਤੇ ਜਿੰਨੀ ਦਾਦੀ ਨੇ ਜਿੰਨੀ ਮਕਾਨ ਦੀ ਨੀਂਹ ਮਜ਼ਬੂਤ ਹੋਵੇਗੀ ਉੰਨੀ ਉਸਾਰੀ ਉਹਦੇ ਉੱਤੇ ਅੱਛੀ ਹੋਵੇਗੀ। ਸਾਹਿਬਜ਼ਾਦਿਆਂ ਦੇ ਜੀਵਨ ਦੀ ਨੀਂਹ ਇੰਨੀ ਦਾਦੀ ਨੇ ਮਜ਼ਬੂਤ ਕਰ ਦਿੱਤੀ ਵੀ ਹਕੂਮਤ ਵੱਲੋਂ ਉਸਾਰੀਆਂ ਦੀਵਾਰਾਂ ਦੇ ਉੱਤੇ ਖੜ੍ਹੇ ਹੋ ਗਏ ਪਰ ਬਿਲਕੁਲ ਨਹੀਂ ਡੋਲੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਮੈਂ ਹੋਰ ਚੱਲਦਿਆਂ ਚੱਲਦਿਆਂ ਬਚਨ ਕਰ ਚੱਲਾਂ, ਫਿਰ ਆਪਾਂ ਅੱਗੇ ਨਿਕਲ ਜਾਣਾ ਹੈ। ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਹੁਤ ਹੀ ਅੱਛੇ ਅੱਛੇ ਸ਼ਬਦਾਂ ਨਾਲ ਸਤਿਕਾਰਤ ਸ਼ਬਦਾਂ ਨਾਲ ਯਾਦ ਕਰਦੇ ਹਾਂ। ਕੋਈ ਉਹਨਾਂ ਨੂੰ ਕਲਗੀਆਂ ਵਾਲਾ ਕਹਿ ਕੇ ਬੁਲਾਉਂਦਾ ਹੈ, ਕੋਈ ਉਹਨਾਂ ਨੂੰ ਨੀਲੇ ਘੋੜੇ ਵਾਲਾ ਕਹਿ ਕੇ ਬੁਲਾਉਂਦਾ ਹੈ, ਕੋਈ ਉਹਨਾਂ ਨੂੰ ਬਾਜ਼ਾਂ ਵਾਲਾ ਕਹਿ ਕੇ ਬੁਲਾਉਂਦਾ ਹੈ, ਕੋਈ ਉਹਨਾਂ ਨੂੰ ਅੰਮ੍ਰਿਤ ਦੇ ਦਾਤੇ ਕਹਿ ਕੇ ਬੁਲਾਉਂਦਾ ਹੈ, ਕੋਈ ਕੁਛ, ਕੋਈ ਕੁਛ, ਕੋਈ ਕੁਛ। ਹਰ ਕਿਸੇ ਮਨੁੱਖ ਦੀ ਆਪੋ ਆਪਣੀ ਸ਼ਰਧਾ ਭਾਵਨਾ ਹੈ ਅਤੇ ਉਹ ਗੁਰੂ ਸਾਹਿਬ ਦੇ ਵਾਸਤੇ ਇਹੋ ਜਿਹਾ ਸਤਿਕਾਰਤ ਸ਼ਬਦ ਬੋਲਦਾ ਹੈ। ਪਰ ਮੈਂ ਕਹਿੰਦਾ ਇਹਨਾਂ ਸਾਰਿਆਂ ਨਾਲੋਂ ਇੱਕ ਸਤਿਕਾਰ ਦਾ ਸ਼ਬਦ ਸਭ ਤੋਂ ਮਹਾਨ ਹੈ। ਜੇ ਆਪਾਂ ਅੰਮ੍ਰਿਤ ਦੇ ਦਾਤੇ ਕਹੀਏ ਤਾਂ ਕੁਝ ਸਾਲ ਹੋਏ ਸਾਡੇ ਹੀ ਦੇਸ਼ ਅੰਦਰ ਕਿਸੇ ਬੰਦੇ ਨੇ ਅੰਮ੍ਰਿਤ ਛਕਣ ਦੀ ਨਕਲ ਕਰ ਦਿੱਤੀ, ਇਹਦਾ ਮਤਲਬ ਉਹ ਵੀ ਆਪਣੇ ਆਪ ਨੂੰ ਅੰਮ੍ਰਿਤ ਦਾ ਦਾਤਾ ਕਹਿਲਾਉਂਦਾ। ਜੇ ਬਾਜ਼ ਰੱਖੀਏ ਤਾਂ ਬਾਜ਼ ਕੋਈ ਵੀ ਰੱਖ ਸਕਦਾ, ਫਿਰ ਗੁਰੂ ਸਾਹਿਬ ਨੇ ਬਾਜ਼ ਰੱਖਿਆ ਤਾਂ ਕਿਹੜੀ ਗੱਲ ਹੋ ਗਈ। ਜੇ ਕਲਗੀ ਲਾਉਣ ਦੀ ਗੱਲ ਕਰੀਏ ਤਾਂ ਕਲਗੀਆਂ ਵਾਲੇ ਹੋਰ ਕੋਈ ਵੀ ਲਗਾ ਸਕਦਾ, ਉਹ ਵੀ ਆਪਣੇ ਆਪ ਨੂੰ ਕਲਗੀਆਂ ਵਾਲਾ ਕਹਿਲਾ ਸਕਦਾ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਇੱਕ ਪਾਸੇ, ਪਰ ਇੱਕ ਟਾਈਟਲ ਹੈ ਜਿਹੜਾ ਦੁਨੀਆਂ ਦੇ ਉੱਤੇ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਰਾਬਰੀ ਕਰ ਸਕਦਾ, ਉਹ ਹੈ ਸਰਬੰਸ ਦਾਨੀ। ਲੈ ਇਹ ਕੋਈ ਕਰਕੇ ਦਿਖਾਲੇ ਅਸੀਂ ਉਹਦੇ ਚਰਨਾਂ 'ਤੇ ਉਸੇ ਵੇਲੇ ਨਿਸ਼ਾਵਰ ਹੋ ਜਾਵਾਂਗੇ। ਕੋਈ ਸਰਬੰਸ ਦਾਨ ਕਰਕੇ ਦਿਖਾਲੇ, ਉਹ ਆਪਣੇ ਘਰਾਂ ਵਾਸਤੇ ਤਾਂ ਮਹਾਂਭਾਰਤ ਦਾ ਜੰਗ ਹੋਇਆ, ਯੁੱਧ ਹੋਇਆ, ਲੱਖਾਂ ਬੰਦੇ ਇੱਕ ਦੂਸਰੇ, ਕਰੋੜਾਂ ਬੰਦੇ ਇੱਕ ਦੂਸਰੇ ਪਾਸੇ ਮਿਲੇ, ਉਹ ਕੀ ਹੈ ਆਪਣੇ ਘਰ ਪਰਿਵਾਰ ਦੀ ਲੜਾਈ ਹੈ। ਅਤੇ ਅੱਜ ਨਹੀਂ ਘਰ ਪਰਿਵਾਰਾਂ ਵਿੱਚ ਲੋਕ ਲੜਦੇ, ਅੱਜ ਨਹੀਂ ਚਾਚਿਆਂ ਭਤੀਜਿਆਂ ਦੇ ਝਗੜੇ ਹੁੰਦੇ। ਅੱਜ ਲੜਨ ਦਾ ਤਰੀਕਾ ਕੋਰਟ ਕਚਹਿਰੀ ਹੈ, ਇੱਕ ਨੂੰ ਹਰਾਉਣਾ, ਇੱਕ ਨੂੰ ਜਿੱਤਣਾ। ਪਰ ਉਦੋਂ ਕੋਰਟ ਕਚਹਿਰੀ ਸੀ, ਸਿੱਧੇ ਤੀਰ ਤਲਵਾਰ ਅਤੇ ਤਫੰਗ ਅਤੇ ਹੋਰ ਸਾਰਾ ਚੱਲਦੇ, ਤਾਂ ਕੀ ਫਾਇਦਾ ਹੋਇਆ ਉਹਦਾ। ਸਰਬੰਸਦਾਨੀ ਅਗਰ ਸਭ ਤੋਂ ਮਹਾਨ ਟਾਈਟਲ ਮੇਰੇ ਪਾਤਸ਼ਾਹ ਵਾਸਤੇ ਰੱਖਿਆ ਜਾ ਸਕਦਾ ਹੈ ਤਾਂ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਸਰਬੰਸਦਾਨੀ ਰੱਖਿਆ ਜਾ ਸਕਦਾ। ਨਾ ਉਹਨਾਂ ਨੂੰ ਕਲਗੀਆਂ ਵਾਲੇ ਕਹੋ ਪਰ ਕਹੋ ਜੇ ਤੁਹਾਡਾ ਚਿੱਤ ਕਰਦਾ, ਨਾ ਉਹਨਾਂ ਨੂੰ ਬਾਜਾਂ ਵਾਲੇ ਕਹੋ ਪਰ ਕਹੋ ਜੇ ਤੁਹਾਡਾ ਚਿੱਤ ਕਰਦਾ, ਨਾ ਹੀ ਉਹਨੂੰ ਨੀਲੇ ਘੋੜੇ ਵਾਲੇ ਕਹੋ, ਨੀਲਾ ਘੋੜਾ ਕੋਈ ਵੀ ਰੱਖ ਸਕਦਾ। ਮੈਂ ਬਹਿਰੀਨ ਜਾ ਕੇ ਆਇਆ, ਉੱਥੇ ਇੱਕ ਸ਼ੇਖ ਨੇ 105 ਬਾਜ਼ ਰੱਖੇ ਹੋਏ ਨੇ ਅਤੇ ਉਹਨੂੰ ਆਪਾਂ ਬਾਜਾਂ ਵਾਲਾ ਕਹਾਂਗੇ? ਬਾਜ਼ ਰੱਖਣ ਨਾਲ ਕੋਈ ਬਾਜਾਂ ਵਾਲਾ ਹੋ ਜਾਂਦਾ? ਉਹਨੇ ਆਪਣੇ ਉੱਥੇ ਘਰ ਦੇ ਅੰਦਰ 105 ਬਾਜ਼ ਰੱਖੇ ਹੋਏ ਨੇ ਅਤੇ ਇੱਕ ਬਾਜ਼ ਦੀ ਕੀਮਤ 5 ਲੱਖ ਰੁਪਏ ਤੋਂ ਜ਼ਿਆਦਾ, ਮੈਂ ਦੇਖ ਕੇ ਆਇਆ। ਉਹਨੇ ਨਾ ਮੈਨੂੰ ਫੋਟੋ ਖਿੱਚਣ ਦਿੱਤੀ ਅਤੇ ਨਾ ਮੈਨੂੰ ਹੱਥ 'ਤੇ ਰੱਖਣ ਵਾਸਤੇ ਦਿੱਤਾ। ਕਹਿੰਦਾ ਨਾ, ਇਹ ਸ਼ੇਖ ਨੇ ਦੇਖ ਲਿਆ ਅਤੇ ਬਸ। ਬਾਜ ਕੋਈ ਵੀ ਰੱਖ ਸਕਦਾ ਹੈ, ਨੀਲਾ ਘੋੜਾ ਕੋਈ ਵੀ ਰੱਖ ਸਕਦਾ ਹੈ, ਕਲਗੀ ਕੋਈ ਵੀ ਲਾ ਸਕਦਾ ਹੈ, ਅੰਮ੍ਰਿਤ ਛਕਣ ਛਕਾਉਣ ਦੀ ਨਕਲ ਕੋਈ ਵੀ ਕਰ ਸਕਦਾ ਹੈ, ਪਰ ਕੋਈ ਸਰਬੰਸਦਾਨੀ ਵਾਲੀ ਨਕਲ ਕਰਕੇ ਦਿਖਾਲੇ ਪਏ, ਲੈ ਬਈ ਮੈਂ ਆਪਣਾ ਬੱਚਾ ਦੇਸ਼ ਵਾਸਤੇ ਕੁਰਬਾਨ ਕਰ ਰਿਹਾ, ਮੈਂ ਆਪਣਾ ਬੱਚਾ ਕੌਮ ਵਾਸਤੇ ਅਤੇ ਆਪਣੇ ਲਈ ਨਹੀਂ ਦੂਸਰਿਆਂ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਨਾ ਟਿੱਕਾ ਲਾਇਆ, ਨਾ ਜੰਝੂ ਪਾਇਆ, ਨਾ ਬੋਧੀ ਰੱਖੀ, ਨਾ ਟੱਲੀ ਖੜਕਾਈ, ਨਾ ਧੂਪ ਕੀਤੀ, ਨਾ ਜੋਤ ਕੀਤੀ, ਪਰ ਉਹਨਾਂ ਦੀਆਂ ਜੋਤਾਂ ਸਲਾਮਤ ਰਹਿਣ, ਉਹਨਾਂ ਦੀਆਂ ਟੱਲੀਆਂ ਬਚਦੀਆਂ ਰਹਿਣ, ਉਹਨਾਂ ਦੇ ਘਰਾਂ ਵਿੱਚ ਰੌਣਕਾਂ ਰਹਿਣ, ਤੁਹਾਡੇ ਬੱਚੇ ਸਲਾਮਤ ਰਹਿਣ। ਜੇ ਮੇਰਾ ਗੋਬਿੰਦ ਰਾਏ ਯਤੀਮ ਹੁੰਦਾ ਤਾਂ ਯਤੀਮੀ ਅਨੰਦਪੁਰ ਸਾਹਿਬ ਆਵੇਗੀ, ਤੁਹਾਡੀਆਂ ਸੁਹਾਗਣਾਂ ਦੇ ਸੁਹਾਗ ਕਾਇਮ ਰਹਿਣ। ਜੇ ਬੇਵਾਪਨ ਅਨੰਦਪੁਰ ਸਾਹਿਬ ਆਵੇਗਾ ਤਾਂ ਮਾਤਾ ਗੁਜਰੀ ਜੀ ਇਸ ਗੱਲ ਨੂੰ ਚੱਲਣ। ਕੋਈ ਹੈ ਦੁਨੀਆਂ ਦੇ ਸੰਸਾਰ 'ਤੇ ਕੋਈ ਕਰ ਸਕਦਾ ਹੋਵੇ? ਇਸ ਲਈ ਪਿਆਰਿਓ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਹੋਰ ਜਿੰਨੇ ਮਰਜ਼ੀ ਸਤਿਕਾਰਤ ਸ਼ਬਦ ਵਰਤੋ, ਪਰ ਸਭ ਤੋਂ ਉੱਤਮ ਜੋ ਮਹਾਨ ਸਤਿਕਾਰਤ ਸ਼ਬਦ ਉਹਨਾਂ ਵਾਲਾ ਹੈ, ਆਪਾਂ ਅਰਦਾਸ ਦੇ ਅੰਦਰ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਸ ਇੰਨਾ ਹੀ ਸ਼ਬਦ ਰੱਖਿਆ ਹੈ, ਕਿਉਂਕਿ ਬਾਕੀ ਕੋਈ ਵੀ ਨਕਲ ਕਰ ਸਕਦਾ, ਪਰ ਇਸ ਗੱਲ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਸਦਕੇ ਜਾਈਏ, ਜੇ ਸਾਬਤ ਕਰ ਦਿਆ ਤੁਝਕੋ ਬਣਾ ਕੇ ਦਸਤੇ ਕੁਦਰਤ ਨੇ ਕਿ ਹੋ ਸਕਦੀ ਹੈ ਇਤਨੀ ਖੂਬੀਆਂ ਸੂਰਤ ਮੇਂ ਇਨਸਾਂ ਕੀ। ਅਗਰ ਮਨੁੱਖੀ ਸੂਰਤ ਦੇ ਅੰਦਰ ਇੰਨੀਆਂ ਖੂਬੀਆਂ ਦਾ ਕੋਈ ਮਾਲਕ ਹੋਏ ਨੇ ਤੇ ਉਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੋ ਜਾਣੇ। ਆਖੋ ਸਤਨਾਮ ਸ਼੍ਰੀ। ਪਿਤਾ ਵੀ ਵਾਰ ਦਿੱਤਾ ਤੇ ਦੇਖੋ ਫਿਰ ਹਸ਼ਰ ਕੀ ਹੋਇਆ, ਅੰਤ ਕਿੱਦਾਂ ਹੋਇਆ ਸਰੀਰ ਦਾ, ਧੜ ਕਿਤੇ ਤੇ ਸਿਰ ਕਿਤੇ, ਬੜੀ ਦੁਖਦਾਈ ਬਾਤ ਹੈ। ਜਿਹੜੇ ਬੱਚੇ ਮਖਮਲੀ ਛੇਜਾਂ 'ਚ ਸੌਣ ਵਾਲੇ ਸੀ, ਅੰਤ ਵੇਲੇ ਉਹਨਾਂ ਨੂੰ ਕਫਨ ਵੀ ਨਸੀਬ ਨਹੀਂ ਹੋਇਆ, ਬੜੀ ਦੁਖਦਾਈ ਗੱਲ ਹੈ।
ਜਰਾ ਇੱਕ ਇੱਕ ਨੁਕਤਾ ਤੇ ਉਹਨਾਂ ਦਾ ਵਿਚਾਰ ਕੇ ਦੇਖੋ ਕਿੱਡਾ ਕਜੇਰਾ ਹੋਵੇਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਬੱਚਿਆਂ ਨੂੰ ਮੱਖਣੀ ਛੇਜਾਂ ਵਿੱਚ ਸੁਲਾਉਣ ਵਾਲੇ, ਬੱਚਿਆਂ ਨੂੰ ਦੁੱਧ ਮਲਾਈਆਂ ਨਾਲ ਪਾਲਣ ਵਾਲੀ ਦਾਦੀ ਮਾਂ, ਅੱਜ ਭੁੱਖਣ ਭਾਣੇ ਨੇ ਸਾਰੇ, ਤੇ ਮੋਤੀ ਮਹਿਰਾ ਦੁੱਧ ਪਿਲਾਉਣ ਵਾਸਤੇ ਆਇਆ ਤਾਂ ਉਹਨੇ ਕਿਤੇ ਸੁੱਖ ਵਿੱਚ ਦੁੱਧ ਪੀਤਾ ਹੋਵੇਗਾ। ਅੰਦਾਜ਼ਾ ਤੇ ਲਗਾਓ ਵੀ ਕਿਹੋ ਜਿਹੀ ਹਾਲਤ ਵਿੱਚ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਸੀ ਵੀ ਮੇਰੇ ਮਾਤਾ ਜੀ ਦਾ ਜੀਵਨ ਤਪੱਸਿਆ ਦਾ ਸਦਕਾ ਐਡਾ ਮਹਾਨ ਹੋ ਚੁੱਕਾ ਹੈ, ਮੇਰੇ ਬੱਚਿਆਂ ਦੇ ਜੀਵਨ ਦੀ ਘਾਟ ਮੇਰੀ ਮਾਤਾ ਜੀ ਨੇ ਐਸੀ ਉਹਨਾਂ ਦੀ ਕਰ ਦਿੱਤੀ ਹੈ ਕਿ ਨਾ ਹੁਣ ਮੈਨੂੰ ਬੱਚਿਆਂ ਦੇ ਡੋਲਣ ਦੀ ਚਿੰਤਾ ਹੈ ਅਤੇ ਨਾ ਹੀ ਮਾਤਾ ਜੀ ਦੇ ਘਬਰਾਉਣ ਦੀ ਚਿੰਤਾ ਹੈ, ਇਸ ਲਈ ਮੈਨੂੰ ਮਗਰ ਜਾਣ ਦੀ ਲੋੜ ਵੀ ਕੋਈ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਬੱਚੇ ਦੀ ਤਸੱਲੀ ਹੋਈ, ਬੱਚਿਆਂ ਦੇ ਮਾਤਾ ਪਿਤਾ ਦੀ ਤਸੱਲੀ ਹੋਈ, ਤਾਂ ਮੈਂ ਸੋਚਦਾ ਵੀ ਆਪ ਵਿੱਚੋਂ ਵੀ ਹੁਣ ਕਿਸੇ ਦੇ ਮਨ ਵਿੱਚ ਇਹ ਖਿਆਲ ਆਉਣਾ ਹੀ ਨਹੀਂ ਚਾਹੀਦਾ ਵੀ ਗੁਰੂ ਸਾਹਿਬ ਜੀ ਨੂੰ ਇੱਕ ਬਾਪ ਹੋਣ ਦੇ ਨਾਤੇ ਜਾਂ ਇੱਕ ਪੁੱਤਰ ਹੋਣ ਦੇ ਨਾਤੇ ਪਿੱਛੇ ਪਰਿਵਾਰ ਦੀ ਖਬਰ ਲੈਣੀ। ਚਮਕੌਰ ਦੀ ਇਸ ਹਵੇਲੀ ਅੰਦਰ, ਬੁੱਧੀ ਚੰਦ ਦੀ ਹਵੇਲੀ ਅੰਦਰ ਆ ਗਏ। ਇੱਕ ਪਾਸੇ ਨਾਰ ਖਾਂ, ਦੂਸਰੇ ਪਾਸੇ ਤੋਂ ਗੈਰਥ ਖਾਂ, ਤੀਸਰੇ ਪਾਸੇ ਤੋਂ ਖਵਾਜਾ ਮੁਹੰਮਦ ਮਰਦੂਦ ਖਿਜ਼ਰ ਖਾਂ, ਇਹਨਾਂ ਨੇ ਆ ਕੇ ਤਿੰਨਾਂ ਪਾਸਿਆਂ ਤੋਂ ਘੇਰਾ ਪਾਰ ਲਿਆ। ਸਤਿਗੁਰੂ ਜੀ ਨੇ ਅੰਦਾਜ਼ਾ ਲਗਾ ਲਿਆ ਕਿ ਹੁਣ ਉਹ ਇੱਕ ਸਮਾਂ ਆ ਗਿਆ ਜਿਸ ਨੂੰ ਮੈਂ ਰੋਜ਼ ਅਰਦਾਸ ਦੇ ਬੋਲਾਂ ਵਿੱਚ ਇੱਦਾਂ ਕਹਿੰਦਾ ਹੁੰਦਾ ਸੀ ਕਿ ਜਬ ਆਬ ਕੀ ਔਹਦ ਨਿਦਾਨ ਬਣੇ ਅਤ ਹੀ ਰਣ ਮੇ ਤਬ ਜੂ ਜੁੜੂ। ਹੁਣ ਮੈਦਾਨੇ ਜੰਗ ਵਾਲੀ ਗੱਲ ਹੋਵੇਗੀ, ਹੁਣ ਦੂਸਰੀਆਂ ਸਾਰੀਆਂ ਦਲੀਲਾਂ, ਵਕੀਲਾਂ, ਅਪੀਲਾਂ ਸਾਰੀਆਂ ਕੋਈ ਅਸਰ ਨਹੀਂ ਕਰਨਗੀਆਂ ਇਸ ਵੇਲੇ। ਹੁਣ ਉਹਨਾਂ ਨੂੰ ਦੇਖੋ, ਸਤਿਗੁਰੂ ਨੇ ਜਿਹੜਾ ਜ਼ਫਰਨਾਮਾ ਲਿਖਿਆ ਨਾ ਆਲਮਗੀਰ ਔਰੰਗਜ਼ੇਬ ਨੂੰ, ਉਹਦੇ ਅੰਦਰ ਉਹਨਾਂ ਨੇ ਇਸ ਜੰਗ ਦਾ ਕਾਰਨ ਲਿਖਿਆ। ਹਾਲਾਂਕਿ ਜੰਗਾਂ ਪਹਿਲਾਂ ਵੀ ਹੋਈਆਂ, ਚਮਕੌਰ ਦੀ ਜੰਗ ਗੁਰੂ ਸਾਹਿਬ ਜੀ ਦੀ ਆਖਰੀ ਜੰਗ ਹੈ, ਇਹਦੇ ਵਿੱਚ ਉਹਨਾਂ ਨੇ ਆਲਮਗੀਰ ਔਰੰਗਜ਼ੇਬ ਨੂੰ ਲਿਖਿਆ, ਦੇਖ ਔਰੰਗਜ਼ੇਬ ਤੂੰ ਵਕਤ ਦਾ ਹੁਕਮਰਾਨ ਹੈ, ਵਕਤ ਦਾ ਬਾਦਸ਼ਾਹ ਹੈ, ਸਾਡੀ ਗੁਰੂ ਨਾਨਕ ਦੀ ਗੱਦੀ ਫਕੀਰਾਂ ਦੀ ਗੱਦੀ ਹੈ, ਭਜਨ ਬੰਦਗੀ ਸਿਮਰਨ ਸੇਵਾ ਦਾ ਸਾਡਾ ਹੈ, ਪਰ ਤੂੰ ਹਾਲਾਤ ਇਹੋ ਜਿਹੇ, ਮਾਹੌਲ ਇਹੋ ਜਿਹਾ ਕ੍ਰੀਏਟ ਕਰ ਦਿੱਤਾ ਕਿ ਹੁਣ ਤੈਨੂੰ ਤੇਰੀ ਬੋਲੀ ਵਿੱਚ ਗੱਲ ਸਮਝਾਈ ਜਾਵੇਗੀ। ਉਹਦੀ ਬੋਲੀ ਕਿਹੜੀ ਹੈ? ਬਲਾਚਾਰਗੀ ਦਰਮਿਆਂ ਆਮਦਮ, ਉਹਨਾਂ ਨੇ ਜ਼ਫਰਨਾਮੇ ਦਾ ਇੱਕ ਸ਼ੇਰ ਲਿਖਿਆ, ਤੂੰ ਹਾਲਾਤ ਇਹੋ ਜਿਹੇ ਪੈਦਾ ਕਰ ਦਿੱਤੇ ਨੇ ਤੇਰੇ ਮੇਰੇ ਵਿਚਕਾਰ, ਹੁਣ ਹਾਲਾਤ ਐਸੇ ਹੋ ਗਏ ਨੇ ਕਿ ਬਲਾਚਾਰਗੀ ਦਰਮਿਆਂ ਆਮਦਮ ਕਿ ਤਦਬੀਰੋ ਤੀਰੋ ਤਫੰਗ ਆਮਦਮ, ਹੁਣ ਤੀਰ ਔਰ ਤਫੰਗ ਦੀ ਤਦਬੀਰ ਹੀ ਕੰਮ ਆਵੇਗੀ, ਨਾ ਤੂੰ ਪਿਆਰ ਦੀ ਬੋਲੀ ਵਿੱਚ ਸਮਝਿਆ, ਨਾ ਕੋਈ ਤੂੰ ਵਕੀਲ ਦੇ ਨਾਲ, ਨਾ ਕਿਸੇ ਹੋਰ ਮੀਡੀਏਟਰ ਦੇ ਨਾਲ ਸਮਝਿਆ, ਹੁਣ ਮੈਂ ਤੈਨੂੰ ਤੇਰੀ ਬੋਲੀ ਵਿੱਚ ਤੇਰੀਆਂ ਫੌਜਾਂ ਦਾ ਜਵਾਬ ਦੇਵਾਂਗਾ, ਚਾਹੇ ਨਾਰ ਸਿੰਘ ਨਾਰ ਖਾਂ ਆ ਜਾਏ ਅਤੇ ਚਾਹੇ ਗੈਰਤ ਖਾਂ ਆ ਜਾਏ ਅਤੇ ਚਾਹੇ ਖਵਾਜਾ ਮਰਦੂਦ ਆ ਜਾਏ, ਬਲਾਚਾਰਗੀ ਦਰਮਿਆਂ ਆਮਦਮ ਕਿ ਤਦਬੀਰੋ ਤੀਰੋ ਤਫੰਗ ਆਮਦਮ, ਹੁਣ ਤੀਰ ਔਰ ਤਫੰਗ ਦੀ ਗੱਲਬਾਤ ਹੋਵੇਗੀ, ਹੁਣ ਤੂੰ ਮਾਹੌਲ ਇਹੋ ਜਿਹਾ ਬਣਾ ਦਿੱਤਾ। ਅਖੀਰ ਜਦੋਂ ਸ਼ਾਮਾਂ ਹੁਣ ਦਿਨ ਚੜ੍ਹਨ ਲੱਗਾ, ਬਾਹਰੋਂ ਦੇਖਿਆ ਗੁਰੂ ਸਾਹਿਬ ਜੀ ਨੇ ਹਵੇਲੀ ਦੇ ਉੱਪਰਲੇ ਪਾਸੇ ਚੜ੍ਹ ਕੇ ਅਤੇ ਆਲੇ ਦੁਆਲਾ ਸਾਰਾ ਘੇਰਾ ਪਿਆ ਹੋਇਆ, ਨਗਰ ਵਾਸੀਆਂ ਨੂੰ ਵੀ ਘੇਰ ਕੇ ਰੱਖਿਆ ਹੋਇਆ ਕੋਈ ਗੁਰੂ ਸਾਹਿਬ ਦੀ ਮਦਦ ਕਰਨ ਵਾਸਤੇ ਕੋਈ ਨਗਰ ਵਿੱਚ, ਬਸ ਉਹ ਜਿਹੜਾ ਸਵੇਰੇ ਸਵੇਰੇ ਕੋਈ ਦੁੱਧ ਥੋੜ੍ਹਾ ਬਹੁਤ ਪੀ ਲਿਆ ਗਰਮਾ ਗਰਮ, ਇੰਨੀ ਕੁ ਗੱਲ ਹੈ, ਭੁੱਖ ਤਾਂ 8 ਮਹੀਨਿਆਂ ਤੋਂ ਅਨੰਦਪੁਰ ਸਾਹਿਬ ਤੋਂ ਨਾਲ ਹੀ ਚੱਲੀ ਰਹੀ ਹੈ, ਕੋਈ ਸਰਦੀ ਇੰਨੀ ਹੈ ਕਿ ਕੋਈ ਸਾਧਨ ਵੀ ਨਹੀਂ ਹੈ, ਕੋਈ ਗੋਲਾ ਬਰੂਦ ਵੀ ਇੰਨਾ ਨਹੀਂ ਹੈ, ਕੋਈ ਕੁਛ ਵੀ ਇੱਦਾਂ ਦੀ ਚੀਜ਼ ਨਹੀਂ ਹੈ। ਦੁਨੀਆਂ ਦੇ ਉੱਤੇ ਜੰਗਾਂ ਤਾਂ ਬਹੁਤ ਹੋਈਆਂ ਅਤੇ ਬਹੁਤ ਹੁੰਦੀਆਂ ਰਹਿਣਗੀਆਂ, ਪਰ ਜਿਹੜੀ ਚਮਕੌਰ ਵਰਗੀ ਜੰਗ ਹੋਈ ਹੈ ਇਹਦੀ ਵਰਗੀ ਦੁਨੀਆਂ 'ਤੇ ਜੰਗ ਹੋਰ ਕੋਈ ਹੋਈ ਨਹੀਂ। ਲਾਲਾ ਦੌਲਤਰਾ ਦੀ ਨਿਗਾਹ ਵਿੱਚ ਦੇਖੋ ਵੀ ਦੁਨੀਆਂ 'ਤੇ ਜੰਗਾਂ ਹੁੰਦੀਆਂ ਹੁੰਦੀਆਂ ਰਹਿਣਗੀਆਂ, ਲੜਾਈਆਂ ਕਦੇ ਬੰਦ ਨਹੀਂ ਹੋਣੀਆਂ ਸਾਧ ਸੰਗਤ ਜੀ, ਨਾ ਘਰਾਂ ਦੀਆਂ ਅਤੇ ਨਾ ਮੁਲਕਾਂ ਦੀਆਂ, ਨਾ ਪੜੋਸੀਆਂ, ਇਹ ਬੰਦ ਨਹੀਂ ਹੋਣੀਆਂ, ਕਿਉਂਕਿ ਸੰਸਾਰ ਚੱਲਦਾ ਹੀ ਇਹਨਾਂ ਗੱਲਾਂ ਨਾਲ ਹੈ, ਵੈਰ ਵਿਰੋਧ ਨਾਲ ਹੀ ਸੰਸਾਰ ਚੱਲੇਗਾ। ਅਤੇ ਜੇ ਇਹੋ ਜਿਹੀ ਜੰਗ ਚਮਕੌਰ ਦੀ ਹੋਈ ਹੈ, ਇਹੋ ਜਿਹੀ ਜੰਗ ਇਸ ਤੋਂ ਪਹਿਲਾਂ ਨਾ ਕਦੇ ਹੋਈ ਅਤੇ ਨਾ ਕਦੇ ਹੋਣੀ। ਅਖੀਰ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਦਾਜ਼ਾ ਲਗਾ ਕੇ ਸਾਰੇ ਸਿੰਘਾਂ ਨੂੰ ਇਕੱਠੇ ਕੀਤਾ, ਵਿੱਚੇ ਦੋ ਸਾਹਿਬਜ਼ਾਦੇ। ਹੁਣ ਮੈਂ ਫਿਰ ਬੇਨਤੀ ਕਰਾਂ, 40 ਤੋਂ ਅਗਲੀ ਗੱਲ ਕੋਈ ਕਰ ਰਿਹਾ ਤਾਂ ਉਹ ਆਪਣੀ ਖੋਜ ਉਸਦੀ ਹੋਵੇਗੀ। ਗੁਰੂ ਸਾਹਿਬ ਜੀ ਨੇ ਤਾਂ 40 ਦੀ ਗਿਣਤੀ ਲਿਖੀ ਹੈ, ਜੇ ਕੋਈ 48 ਕਹਿ ਰਿਹਾ ਨਾ ਤਾਂ ਉਸਦੀ ਆਪਣੀ ਮੁਬਾਰਕ ਹੈ, ਹਰ ਕਿਸੇ ਨੂੰ ਖੋਜ ਕਰਨ ਦਾ ਅਧਿਕਾਰ ਹੈ, ਹਰ ਕਿਸੇ ਨੂੰ ਆਪਣੇ ਵਿਚਾਰਾਂ ਨੂੰ ਐਕਸਪ੍ਰੈਸ ਕਰਨ ਦਾ ਫਰੀਡਮ ਆਫ ਐਕਸਪ੍ਰੈਸ਼ਨ ਇਸੇ ਨੂੰ ਕਹਿੰਦੇ ਨੇ, ਵੀ ਤੁਸੀਂ ਕੋਈ ਫਰੀਡਮ ਆਫ ਥੋਟਸ ਵੀ ਇਸੇ ਨੂੰ ਕਹਿੰਦੇ ਨੇ ਕਿ ਤੁਸੀਂ ਸੋਚ ਵੀ ਆਪਣੀ ਮਰਜ਼ੀ ਨਾਲ ਸਕਦੇ ਹੋ ਔਰ ਆਪਣੇ ਵਿਚਾਰ ਵੀ ਆਪਣੀ ਮਰਜ਼ੀ ਨਾਲ ਲੋਕਾਂ ਤੱਕ ਪਹੁੰਚਾ ਸਕਦੇ ਹੋ। ਪਰ ਇੱਦਾਂ ਨਾ ਕਹੋ, ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖੀ ਹੋਵੇਗੀ ਅਸੀਂ ਉਹਨੂੰ ਕੱਟ ਕੇ ਕਹੀਏ ਵੀ ਮੈਂ ਸਹੀ ਹਾਂ ਤਾਂ ਗੁਰੂ ਨਹੀਂ। ਗੁਰੂ ਜੀ ਨੇ 40 ਦੀ ਗਿਣਤੀ ਜ਼ਫਰਨਾਮੇ ਵਿੱਚ ਲਿਖੀ ਹੈ, ਇਸ ਲਈ 40 ਸਿੰਘ ਸਨ, ਜਿਹਦੇ 'ਚੋਂ 37 ਸਿੰਘ, ਦੋ ਸਾਹਿਬਜ਼ਾਦੇ, ਸਤਿਗੁਰੂ ਜੀ ਆਪ, ਸਾਰਿਆਂ ਦੀ ਮੀਟਿੰਗ ਹੋਈ ਇਕੱਠੀ, ਅੰਦਾਜ਼ਾ ਲਗਾਇਆ ਅਤੇ ਸਾਰੇ ਸਤਿਗੁਰੂ ਜੀ ਦਾ ਚਿਹਰਾ ਨਿਹਾਰ ਰਹੇ ਨੇ। ਅਤੇ ਗੁਰੂ ਸਾਹਿਬ ਜੀ ਨੇ ਆਖਿਆ, ਦਇਆ ਸਿੰਘਾ, ਹੁਣ ਮਾਹੌਲ ਐਸਾ ਬਣ ਗਿਆ ਕਿ ਤੀਰਥ ਫੰਗ ਤੋਂ ਇਲਾਵਾ ਹੋਰ ਕੋਈ ਰਸਤਾ ਨਜ਼ਰ ਨਹੀਂ ਆਉਂਦਾ, ਮਹਾਰਾਜ ਹੁਕਮ ਕਰੋ।
ਅਸੀਂ ਤੇ ਤਿਆਰ ਆ ਤੇਰੇ ਹੁਕਮ ਤੇ, ਅਸੀਂ ਤੇ ਆਨੰਦਪੁਰ ਸਾਹਿਬ ਵੀ ਆਖਿਆ ਸੀ ਕਿ ਸਾਨੂੰ ਤੁਸੀਂ ਹੁਕਮ ਤੇ ਕਰੋ, ਭਾਵੇਂ 8 ਮਹੀਨਿਆਂ ਦੇ ਭੁੱਖਣ ਪਾਣੇ, ਪਰ ਇੱਕ ਵਾਰੀ ਤਲਵਾਰ ਚੱਲੇਗੀ ਤੇ ਲੋਕਾਂ ਨੂੰ ਪਤਾ ਤੇ ਲੱਗੇਗਾ ਨਾ ਵੀ ਗੁਰੂ ਕੇ ਸਿੱਖ ਆਏ ਨੇ ਸਾਵੇਂ। ਹੁਕਮ ਕਰੋ ਮਹਾਰਾਜ, ਏਡਾ ਉਤਸ਼ਾਹ ਹੈ ਅੰਦਰ ਵੀ ਧਰਮ ਯੁੱਧ ਕੇ ਚਾਓ ਵਿੱਚ ਅਸੀਂ ਜਾਈਏ ਤੇ ਗੁਰੂ ਸਾਹਿਬ ਜੀ ਦਾ ਆਦੇਸ਼। ਪਰ ਸਤਿਗੁਰੂ ਕਹਿਣ ਲੱਗੇ, ਦਇਆ ਸਿੰਘਾ ਮੇਰੀ ਇੱਕ ਗੱਲ ਸੁਣ ਪਿਆਰਿਆ, ਤੂੰ ਮੇਰਾ ਪਹਿਲਾ ਪਿਆਰਾ ਹੈ, ਮੇਰੀ ਤਲਵਾਰ ਦੀ ਧਾਰ ਤੇ ਆਪਣੇ ਆਪ ਦੀ ਪਰਖ ਤੇ ਪੂਰਾ ਉਤਰੇ ਹੈ, ਤੂੰ ਮੇਰਾ ਪਹਿਲਾ ਪਿਆਰਾ ਹੈ, ਗੱਲ ਸੁਣ। ਅੱਜ ਦੀ ਇਸ ਜੰਗ ਦੀ ਅਗਵਾਈ ਮੈਂ ਤੇਰੇ ਹੱਥੋਂ ਕਰਾਉਣੀ ਚਾਹੁੰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਰੇ ਸਕਤੇ ਵਿੱਚ ਆ ਗਏ, ਅੱਜ ਦੀ ਇਸ ਜੰਗ ਦੀ ਅਗਵਾਈ ਭਾਵ ਜਥੇਦਾਰੀ ਮੈਂ ਤੁਹਾਨੂੰ ਦੇਣੀ ਚਾਹੁੰਦਾ। ਨਹੀਂ ਮਹਾਰਾਜ, ਨਹੀਂ ਮਹਾਰਾਜ, ਇਹ ਤਾਂ ਆਪਦੇ ਹੁੰਦੇ, ਆਪ ਇੱਦਾਂ ਹੀ ਹੁੰਦੀ ਨਾ। ਕਹਿੰਦੇ ਨਹੀਂ, ਮੈਂ ਆਪ ਕਹਿੰਦਾ ਹਾਂ। ਦੇਖੋ ਕਿੱਡਾ ਤਿਆਗ ਹੈ। ਮੈਂ ਆਪ ਕਹਿੰਦਾ ਕਿ ਤੂੰ ਜਥੇਦਾਰ ਬਣ, ਇਹ ਗੁਰੂ ਜੀ ਕਹਿ ਰਹੇ ਨੇ। ਪਕੜ ਨਹੀਂ ਹੈ, ਪਕੜ ਵਿੱਚ ਦੁੱਖ ਹੁੰਦਾ ਹੈ, ਤਿਆਗ ਵਿੱਚ ਸੁੱਖ ਹੁੰਦਾ ਹੈ। ਜੇ ਪਕੜਾਂਗੇ ਨਾ ਤੇ ਬਾਬਾ ਕਬੀਰ ਜੀ ਦੀ ਇੱਕ ਪੰਕਤੀ ਯਾਦ, ਕਿਸੇ ਚੀਜ਼ ਨੂੰ ਵੀ ਤੁਸੀਂ ਪਕੜ ਕੇ ਰੱਖੋ ਨਾ, ਪਕੜ ਵਿੱਚ ਹਮੇਸ਼ਾ ਦੁੱਖ ਹੋਵੇਗਾ, ਤਿਆਗ ਵਿੱਚ ਹਮੇਸ਼ਾ ਸੁੱਖ ਹੋਵੇਗਾ। ਮਰਕਟ ਮੁਸ਼ਤੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ, ਛੁੱਟਣ ਕੋ ਸਹਿਸਾ ਪਰਿਓ, ਮਨ ਬੌਰਾ ਰੇ ਨਾਚਿਓ ਘਰ ਘਰ ਬਾਰ। ਆ ਜਿਹੜੇ ਬੰਦਰ ਪਕੜਦੇ ਨਾ, ਇਹ ਕੀ ਕਰਦੇ ਨੇ, ਮਿੱਟੀ ਦੇ ਵਿੱਚ ਇੱਕ ਛੋਟਾ ਜਿਹਾ ਬਰਤਨ, ਲੰਬੀ ਗਰਤ ਜਿੱਦਾਂ ਸੁਰਾਹੀ ਦੀ ਗਰਦਨ ਹੁੰਦੀ ਇੱਦਾਂ ਦਾ, ਉਹਦੇ ਵਿੱਚ ਥੋੜ੍ਹੇ ਖਿੱਲਾ ਛੋਲੇ ਪਾ ਦਿੰਦੇ ਨੇ ਅਤੇ ਇਹ ਲਾਲਚ ਬਸ ਆ ਕੇ ਉਹਦੀ ਮੁੱਠ ਭਰ ਲੈਂਦਾ। ਹੁਣ ਮੁੱਠ ਭਰੀ ਮੋਟੀ ਹੋ ਗਈ ਤਾਂ ਉਹ ਬਾਹਰ ਨਹੀਂ ਨਿਕਲਦੀ। ਇਹਨੂੰ ਇੰਨਾ ਨਹੀਂ ਪਤਾ, ਉਹ ਫਿਰ ਉੱਦਾਂ ਹੀ ਭੱਜਾ ਫਿਰਦਾ ਅਤੇ ਜਦੋਂ ਹੱਥ ਅੰਦਰ ਭਾਂਡਾ ਵੀ ਲਮਕਦਾ ਹੋਵੇ ਅਤੇ ਚਾਰ ਦੇ ਥਾਂ ਤਿੰਨ ਲੱਤਾਂ ਹੋ ਜਾਣ ਤਾਂ ਫਿਰ ਉਹਨੂੰ ਪਕੜ ਲੈਂਦੇ, ਫਿਰ ਘਰ ਘਰ। ਇਹਦਾ ਮਤਲਬ ਪਕੜ ਵਿੱਚ ਦੁੱਖ ਹੋਇਆ ਨਾ, ਤੂੰ ਛੱਡ ਕੇ ਭੱਜ ਜਾ ਜਾਨ ਬਚਾ। ਨਹੀਂ, ਪਕੜ ਵਿੱਚ ਦੁੱਖ ਹੁੰਦਾ ਹੈ ਅਤੇ ਤਿਆਗ ਵਿੱਚ ਸੁੱਖ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਨੇ, ਆ ਪਕੜ ਤੂੰ ਜਥੇਦਾਰੀ ਦਾ ਪੱਟਾ, ਅੱਜ ਤੋਂ ਬਾਅਦ ਤੇਰੇ ਹੁਕਮ ਵਿੱਚ ਸਾਰੀ ਕੌਮ ਇੱਥੇ ਜੂਝੇਗੀ ਅਤੇ ਧਰਮ ਯੁੱਧ ਦੇ ਚਾਓ ਦੇ ਆਪਾਂ ਨਜ਼ਾਰੇ ਦੇਖਣੇ ਨੇ ਅਤੇ ਮੈਂ ਵੀ ਤੇਰੀ ਆਗਿਆ ਵਿੱਚ ਚੱਲਾਂਗਾ। ਜੇ ਕਿਤੇ ਪਹਿਲੇ ਜਥੇ ਵਿੱਚ ਮੈਨੂੰ ਭੇਜ ਦੇਵੇਂ ਤਾਂ ਮੈਂ ਰੋਜ਼ ਕਹਿੰਦਾ ਹਾਂ ਕਿ ਜਬ ਆਵ ਕੀ ਔਦ ਨਿਦਾਨ ਬਣੇ, ਅਤ ਹੀ ਰਣ ਮੇਂ ਤਦ ਜੂਝ ਮਰੂੰ। ਦਇਆ ਸਿੰਘ ਹਰਾ, ਮਹਾਰਾਜ ਐਸਾ ਕਿਉਂ ਆਪ ਕਰਦੇ ਹੋ, ਆਪਦੇ ਹੁੰਦੇ ਆ। ਹੁਣ ਦਇਆ ਸਿੰਘ ਦਾ ਇਹ ਕਹਿਣਾ ਵੀ ਵਾਜਿਬ ਹੈ ਵੀ ਆਪਦੇ ਹੁੰਦੇ ਹਾਂ, ਅਸੀਂ ਤੁਹਾਡੀ ਸੁਚੱਜੀ ਅਗਵਾਈ ਵਿੱਚ, ਅਸੀਂ ਤੁਹਾਡੀ ਨਿਗਾਹ ਥੱਲੇ ਇਹ ਧਰਮ ਯੁੱਧ ਵਿੱਚ ਜਾਣ ਵਾਸਤੇ ਤਿਆਰ ਹੈ। ਸਤਿਗੁਰੂ ਕਹਿੰਦੇ ਨੇ, ਮੈਂ ਇੱਕ ਪ੍ਰੈਕਟੀਕਲ ਕੀਤਾ ਸੀ ਤੇਰੇ ਉੱਤੇ, ਮੈਂ ਅੱਜ ਉਸਦਾ ਰਿਜ਼ਲਟ ਵੇਖਣਾ ਚਾਹੁੰਦਾ। ਸਾਰੇ ਹੈਰਾਨ ਹੋ ਗਏ, ਸਾਰੇ ਸੁਣ ਰਹੇ ਨੇ, ਸਨਾਟਾ ਛਾਇਆ ਹੈ। ਮੈਂ ਇੱਕ ਤੇਰੇ 'ਤੇ ਪ੍ਰੈਕਟੀਕਲ ਕੀਤਾ ਸੀ, ਅੱਜ ਉਹ ਵਕਤ ਆ ਗਿਆ, ਮੈਂ ਉਸਦਾ ਰਿਜ਼ਲਟ ਵੇ। ਆਖਿਰ ਕੋਈ ਪ੍ਰੈਕਟੀਕਲ ਕਰੋ ਤਾਂ ਉਹਦੇ ਕੋਲ ਰਿਜ਼ਲਟ ਵੀ ਤਾਂ ਸਾਹਮਣੇ ਆਉਣਾ ਚਾਹੀਦਾ, ਮੈਂ ਉਹ ਦੇਖਣਾ ਚਾਹੁੰਦਾ। ਮਹਾਰਾਜ ਹੁਕਮ ਕਰੋ। ਕਹਿੰਦੇ ਜਿੱਦਣ ਤੂੰ ਆਇਆ ਸੀ ਮੈਂ ਤੈਨੂੰ ਕਿਹਾ ਸੀ ਤਲਵਾਰ ਫੜ, ਅਤੇ ਤੂੰ ਕੀ ਕਿਹਾ ਸੀ? ਸਭ ਨੂੰ ਯਾਦ ਹੈ, ਇਤਿਹਾਸ ਵਿੱਚ ਲਿਖਿਆ, ਹਮ ਤੋ ਤੋਲਣ ਜਾਣੇ ਤੱਕੜੀ, ਨੰਗੀ ਕਰਦ ਕਬੀ ਨਾ ਪਕੜੀ, ਚਿੜੀ ਉੜੀ ਡਰ ਸੇ ਮਰ ਜਾਏ, ਦੁਸ਼ਮਣ ਸਿਓ ਕੈਸੇ ਲੜ ਪਏ। ਇਸ ਲਈ ਮੈਂ ਆਪਣੇ ਕੀਤੇ ਪ੍ਰੈਕਟੀਕਲ ਅੰਦਰ ਕਿੰਨਾ ਕੁ ਕਾਮਯਾਬ ਹੋਇਆ ਮੈਂ ਇਹ ਦੇਖਣਾ ਚਾਹੁੰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਆਪਣੀ ਉਸ ਪ੍ਰੈਕਟੀਕਲ ਜੋ ਅੰਮ੍ਰਿਤ ਦੀ ਦਾਤ ਤੈਨੂੰ ਦਿੱਤੀ ਸੀ ਉਹਦੇ ਵਿੱਚ ਮੈਂ ਤੈਨੂੰ ਵੇਖਣਾ ਚਾਹੁੰਦਾ ਵੀ ਤੂੰ ਕਿੰਨਾ ਕਾਮਯਾਬ ਹੋਇਆ। ਪ੍ਰੈਕਟੀਕਲ ਤਾਂ ਆਪਾਂ 1699 'ਚ ਕੀਤਾ ਸੀ, 30 ਮਾਰਚ 1699 ਨੂੰ, ਅਤੇ ਹੁਣ ਤਾਂ 1704 ਦਾ ਮੈਦਾਨ ਜੰਗ ਹੈ। ਇੰਨੇ ਸਾਲਾਂ ਵਿੱਚ ਤੇਰੇ ਅੰਦਰ ਕੀ ਤਬਦੀਲੀ ਹੈ? ਜਦੋਂ ਗੁਰੂ ਸਾਹਿਬ ਨੇ ਆਖਿਆ ਕਿ ਮੈਂ ਆਪ ਵੇਖਣਾ ਚਾਹੁੰਦਾ ਹਾਂ ਕਿ ਤੇਰੇ ਅੰਦਰ ਤਬਦੀਲੀ ਕੀ ਆਈ, ਤਾਂ ਉਸ ਵੇਲੇ ਜਿਹੜੀ ਗੱਲ ਦਇਆ ਸਿੰਘ ਨੇ ਕਹੀ ਉਹ ਪਤਾ ਕੀ ਕਹਿੰਦਾ? ਇੱਕ ਇੱਕੋ ਧਰ ਲੂੰਗਾ ਸ਼ਮਸ਼ੀਰ ਕੇ ਆ ਗਏ। ਤੁਸੀਂ ਤਬਦੀਲੀ ਦੇਖਣੇ, ਦੇਖੋ ਤਬਦੀਲੀ ਦਾ ਜ਼ਿਕਰ ਕਰਨ ਲੱਗਾ ਮੈਂ। ਉੱਥੇ ਤੂੰ ਆਇਆ ਸੀ ਅਤੇ ਕਹਿੰਦਾ ਸੀ ਚਿੜੀ ਉੜੀ ਡਰ ਸੇ ਮਰ ਜਾਏ, ਦੁਸ਼ਮਣ ਸਿਓ ਕੈਸੇ ਲੜ ਪਾਏ, ਅਤੇ ਮੈਂ ਤੈਨੂੰ ਜਥੇਦਾਰੀ ਦੇ ਕੇ ਦੇਖਣਾ ਚਾਹੁੰਦਾ ਹੈ ਵੀ ਤੇਰੀ ਵਿੱਚ ਅਗਵਾਈ ਕਰਨ ਦੀ, ਤੇਰੇ ਵਿੱਚ ਲੀਡ ਕਰਨ ਦੀ, ਇਹੋ ਜਿਹੇ ਕ੍ਰਿਟੀਕਲ ਮੌਕੇ ਦੇ ਉੱਤੇ, ਇਹੋ ਜਿਹੇ ਮੁਸੀਬਤ ਵਾਲੇ ਸਮੇਂ, ਮੁਸੀਬਤ ਸ਼ਬਦ ਭਾਵ ਜੋ ਹਾਲਾਤ ਬਣੇ ਹੋਏ ਸਨ, ਇਹੋ ਜਿਹੇ ਮੌਕੇ 'ਤੇ ਤੂੰ ਕਿਵੇਂ ਅਗਵਾਈ ਕਰ ਸਕਦਾ ਹੈ? ਮੈਂ ਆਪਣਾ ਉੱਤਰਾਧਿਕਾਰੀ ਥਾਪਣਾ ਹੈ ਸਮਝਣਾ ਤੈਨੂੰ, ਇਸ ਲਈ ਤੂੰ ਇਹਦੀ ਅਗਵਾਈ ਕਰ। ਤਾਂ ਕਹਿੰਦਾ ਜੀ ਪ੍ਰੈਕਟੀਕਲ ਦੇਖਣਾ ਹੈ ਤਾਂ ਉਹਦੀ ਤਬਦੀਲੀ ਦੇਖਣੀ ਹੈ, ਅਤੇ ਸੁਣੋ ਫਿਰ ਮੇਰੇ ਮਨ ਦੀ ਭਾਵਨਾ। ਕਹਿੰਦਾ ਇੱਕ ਇੱਕ ਧਰ ਲੂੰਗਾ ਸ਼ਮਸ਼ੀਰ ਕੇ ਆ ਗਏ, ਦੁਨੀਆ ਝੁਕੀ ਫਿਰਤੀ ਹੈ ਤਕਦੀਰ ਕੇ ਆ ਗਏ, ਅਬ ਜੇ ਤਕਦੀਰ ਝੁਕੇਗੀ ਮੇਰੀ ਸ਼ਮਸ਼ੀਰ ਕੇ ਆ ਗਏ। ਜਦੋਂ ਧਾਰਾ ਖੰਡਾ ਬੜੀ ਦੇਰ ਸੇ ਬੇਕਾਰ ਪੜਾ ਥਾ, ਸਭ ਜੰਗ ਉਤਰ ਜਾਏਗਾ ਜੋ ਇਸ ਪੇ ਚੜਾ ਥਾ। ਕਹਿੰਦੇ ਆ ਜਾ ਸਦਕੇ ਜਾਵਾਂ। ਬਸ ਆਹ ਹੀ ਤਾਂ ਦੇਖਣਾ ਸੀ ਵੀ ਤੇਰੇ ਅੰਦਰ ਚਿੜੀ ਦੇ ਡਰਨ ਤੋਂ, ਚਿੜੀ ਦੇ ਉੜਨ ਤੋਂ ਜੋ ਡਰ ਪਿਆ ਸੀ ਉਹ ਨਿਕਲਿਆ ਕਿ ਨਹੀਂ ਨਿਕਲ? ਕਹਿੰਦੇ ਮਹਾਰਾਜ ਨਿਕਲ ਗਿਆ। ਗੁਰੂ ਸਾਹਿਬ ਨੇ ਥਾਪੜਾ ਦੇ ਕੇ ਜਥੇਦਾਰੀ ਲੀਡਿੰਗ ਉਸਨੂੰ ਦਿੱਤੀ ਅਤੇ ਕਹਿਣ ਲੱਗੇ, ਹੁਣ ਤੁਸੀਂ ਦੱਸੋ, ਤੁਸੀਂ ਮੇਰੇ ਤੋਂ ਮਸ਼ਵਰਾ ਲੈ ਸਕਦੇ ਹੋ ਪਰ ਹੁਕਮ ਤੁਹਾਡਾ ਚੱਲੇਗਾ। ਮੈਂ ਇੱਥੇ ਇੱਕ ਬਚਨ ਕਰਨਾ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਚੁਣਿਆ ਨਾ, ਮੈਂ ਪਰਸੋਂ ਦੇ ਦੀਵਾਨ ਅੰਦਰ ਸਿਲੈਕਸ਼ਨ ਔਰ ਇਲੈਕਸ਼ਨ ਦਾ ਐਨਾਲਿਸਿਸ ਕੀਤਾ ਸੀ। ਆਪ ਸਿਆਣੀ ਸੰਗਤ ਹੈ, ਧਿਆਨ ਦੇਣਾ ਉਹਦੀ ਗੱਲ। ਗੁਰੂ ਸਾਹਿਬ ਜੀ ਨੇ ਜਦੋਂ ਸਿਲੈਕਟ ਕਰ ਲਿਆ ਨਾ, ਚੁਣ ਲਿਆ ਨਾ ਭਾਈ ਲਹਿਣਾ ਜੀ ਨੂੰ,
ਤੇ ਗੁਰੂ ਸਾਹਿਬ ਕਹਿੰਦੇ ਨੇ ਮੇਰੀਆਂ ਸਾਰੀਆਂ ਸ਼ਕਤੀਆਂ ਤੇਰੇ ਤਾਬੇ, ਹੁਕਮ ਤੇਰਾ ਹੋਵੇਗਾ, ਮਸ਼ਵਰਾ ਤੂੰ ਮੇਰੇ ਨਾਲ ਕਰ ਸਕਦਾ, ਕੋਈ ਵਿਚਾਰ ਮੇਰੇ ਨਾਲ ਕਰ ਸਕਦਾ, ਪਰ ਉਸ ਵਿਚਾਰ ਨੂੰ ਤੂੰ ਅੱਗੇ ਜੋ ਕਹਿਣਾ ਉਹ ਲੈਣਾ ਜੀ, ਇਹ ਗੁਰੂ ਅੰਗਦ ਦੇ ਮਹਾਰਾਜ ਤੁਹਾਡੀ ਹੁਣ ਜ਼ਿੰਮੇਦਾਰੀ ਹੈ। ਤੇ ਗੁਰੂ ਸਾਹਿਬ ਨੇ ਉਹੀ ਇਤਿਹਾਸ ਦੁਹਰਾਇਆ, ਭਾਈ ਦਇਆ ਸਿੰਘ ਆ ਹੁਕਮ ਤੂੰ ਕਰਨਾ, ਤੂੰ ਮਸ਼ਵਰਾ ਮੇਰੇ ਤੋਂ ਲੈ ਸਕਦਾ ਵੀ ਕਿਵੇਂ ਕੀਤਾ ਜਾਏ, ਤਾਂ ਹੱਥ ਜੋੜ ਕੇ ਕਹਿਣ ਲੱਗਾ ਫਿਰ ਮਹਾਰਾਜ ਹੁਣ ਮਸ਼ਵਰਾ ਦੱਸੋ ਵੀ ਕਿਵੇਂ ਕੀਤਾ ਜਾਏ, ਇਸ ਜੰਗ ਦੀ ਕੀ ਰੂਪ ਰੇਖਾ ਬਣਾਈ। ਤੇ ਸਤਿਗੁਰੂ ਨੇ ਕਿਹਾ ਇੱਦਾਂ ਕਰੋ, ਆਪਾਂ ਗਿਣਤੀ ਦੇ ਸਿੰਘ ਹਾਂ, ਬਾਹਰ ਬਹੁਤ ਜ਼ਿਆਦਾ ਮਖਲੂਕਾਤ ਆਈ ਹੋਈ ਹੈ, ਤੁਸੀਂ ਜਥਿਆਂ ਦੇ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕੇ ਉਹਨਾਂ ਨੂੰ ਤੋਰੋ ਅਤੇ ਅਰਦਾਸ ਕਰਕੇ ਤੋਰੋ। ਅਤੇ ਪਹਿਲੇ ਜਥੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ, ਭਾਈ ਈਸ਼ਰ ਸਿੰਘ ਜੀ, ਭਾਈ ਲਾਲ ਸਿੰਘ ਜੀ, ਭਾਈ ਨੰਦ ਸਿੰਘ ਜੀ, ਭਾਈ ਕੇਸਰ ਸਿੰਘ ਜੀ, ਇਹ ਪੰਜਾਂ ਦਾ ਜਥਾ ਤਿਆਰ ਕੀਤਾ। ਮੈਂ ਉਹਨਾਂ ਜਥੇ ਜਿਹੜੇ ਜਥੇ ਵਿੱਚ ਸਿੰਘ ਗਏ ਉਹਨਾਂ ਦਾ ਨਾਂ ਲੱਭਣ ਦਾ ਯਤਨ ਕੀਤਾ। ਪਹਿਲੇ ਜਥੇ ਦੇ ਅੰਦਰ ਭਾਈ ਸਾਹਿਬਜ਼ਾਦਾ ਅਜੀਤ ਸਿੰਘ ਜੀ, ਈਸ਼ਰ ਸਿੰਘ ਜੀ, ਲਾਲ ਸਿੰਘ ਜੀ, ਨੰਦ ਸਿੰਘ ਜੀ ਔਰ ਕੇਸਰ ਸਿੰਘ ਜੀ, ਇਹਨਾਂ ਨੂੰ ਏਡਾ ਚਾਅ, ਉਹਨਾਂ ਨੂੰ ਜਦੋਂ ਵੱਡੇ ਸਾਹਿਬਜ਼ਾਦੇ ਦਾ ਨਾਂ ਲਿਆ ਕਿ ਪਹਿਲੇ ਸਾਹਿਬਜ਼ਾਦੇ, ਗੁਰੂ ਸਾਹਿਬ ਨੇ ਆਪ ਆਖਿਆ ਮੇਰੇ ਸਾਹਿਬਜ਼ਾਦਿਆਂ ਨੇ ਵੀ ਪੂਰਾ ਮੌਕਾ ਦੇਣਾ ਔਰ ਮੈਨੂੰ ਵੀ ਪੂਰਾ ਮੌਕਾ ਦੇਣਾ, ਕਿਉਂਕਿ ਮੈਂ ਚਾਹੁੰਦਾ ਕਿ ਇਹੋ ਜਿਹਾ ਸਮਾਂ ਆਵੇ ਜਬ ਆਪ ਕੀ ਔਹਦ ਨਿਦਾਨ ਬਣੇ, ਅਤ ਹੀ ਰਣ ਮੇ ਤਬਜੂਜ ਮਰੂੰ, ਇਦੋਂ ਅੱਛਾ ਮੌਕਾ ਮੈਨੂੰ ਕਿਤੇ ਨਹੀਂ ਮਿਲਣਾ। ਦਇਆ ਸਿੰਘਾਂ ਮੇਰਾ ਵੀ ਨਾਂ ਆਪਣੀ ਲਿਸਟ ਵਿੱਚ ਰੱਖ ਲਾ। ਲਿਸਟ ਬਣਾਈ ਗਈ, ਪੰਜਾਂ ਸਿੰਘਾਂ ਦਾ ਜਥਾ ਤਿਆਰ ਕੀਤਾ ਗਿਆ ਅਤੇ ਉਹਨਾਂ ਵਾਸਤੇ ਫਿਰ ਸਤਿਗੁਰੂ ਜੀ ਨੇ ਭਾਈ ਸਿੰਘ ਸਾਹਿਬ ਅਜੀਤ ਸਿੰਘ ਨੂੰ ਵੱਡੇ ਸਾਹਿਬਜ਼ਾਦੇ ਜੀ ਨੂੰ ਕੁਛ ਅਗਵਾਈ ਦੀ ਗੱਲ ਦੱਸੀ ਅਤੇ ਉਹ ਗਏ ਅਤੇ ਜੋ ਕੁਛ ਹੋਇਆ ਤੁਸੀਂ ਥੋੜ੍ਹੇ ਦਿਨ ਹੋਏ ਸਾਹਿਬਜ਼ਾਦੇ ਜੀ ਦੀ, ਚਾਰ ਸਾਹਿਬਜ਼ਾਦਿਆਂ ਦੀ ਫਿਲਮ ਵੀ ਦੇਖੀ ਹੈ, ਇਤਿਹਾਸ ਵਿੱਚ ਵੀ ਲਿਖਿਆ। ਸਵੇਰ ਤੋਂ ਦੁਪਹਿਰ ਹੋ ਗਈ, ਆਪਣੇ ਭਾਈ ਸਾਹਿਬ ਦਵਿੰਦਰ ਸਿੰਘ ਜੀ ਜਿਹੜੇ ਮੈਨੇਜਰ ਸਾਹਿਬ ਨੇ ਨਾ, ਇਹਨਾਂ ਨੇ ਵੀ ਮੇਰੇ 'ਤੇ ਇੱਕ ਸਵਾਲ ਕੀਤਾ ਸੀ। ਸਵਾਲ ਤੋਂ ਭਾਵ ਹੈ ਵਿਚਾਰ, ਵਿਚਾਰ ਕਰਨ ਵਾਸਤੇ ਆਈ ਐਮ 24 ਆਵਰਸ ਰੈਡੀ, ਪਰ ਜਿੱਤਣ ਔਰ ਹਰਾਉਣ ਦੇ ਹਿਸਾਬ ਨਾਲ ਨਹੀਂ ਆਉਣਾ, ਵਿਚਾਰ ਕਰਨ ਵਾਸਤੇ ਤਾਂ ਮੈਂ ਹਰ ਵੇਲੇ ਤਿਆਰ ਹਾਂ। ਕੱਲ੍ਹ ਸੰਗਤ ਵਿੱਚ ਗੁਰਮੁਖ ਪਿਆਰੇ ਨੇ ਕਿਹਾ ਭਾਈ ਸਾਹਿਬ ਜੀ ਜੇ 10 ਮਿੰਟ ਤੁਹਾਡੇ ਕੋਲ ਸਮਾਂ ਹੋਵੇ ਤਾਂ ਕੋਈ ਗੱਲ, ਮੈਂ ਕਿਹਾ ਆਓ, ਯੂ ਆਰ ਮੋਸਟ ਵੈਲਕਮ, ਮੈਂ ਤਾਂ ਇੱਥੇ ਹੀ ਹਾਂ। ਵਿਚਾਰ ਕਰਨ ਵਾਸਤੇ ਤਾਂ ਤੁਸੀਂ ਕਦੋਂ ਵੀ ਆ ਸਕਦੇ ਹੋ, ਪਰ ਜੇ ਜਿੱਤਣ ਹਾਰਨ ਵਾਲੀ ਗੱਲ ਹੈ ਤਾਂ ਮੈਂ ਤਾਂ ਪਹਿਲਾਂ ਹੀ ਹਾਰਿਆ ਹੋਇਆ, ਕੋਈ ਜਿੱਤ ਵਾਲੀ ਤਾਂ ਗੱਲ ਹੀ ਨਹੀਂ, ਕੋਈ ਡੰਕੇ ਥੋੜ੍ਹੀ ਜਿੱਤੇ ਤੇ ਵਜਾਉਣੇ ਆ, ਗੁਰੂ ਦੀ ਗੱਲ ਕਰ। ਇਹਨਾਂ ਨੇ ਮੈਨੂੰ ਪੁੱਛਿਆ ਵੀ ਭਾਈ ਸਾਹਿਬ ਜੀ ਜੰਗ ਕਿੰਨੇ ਦਿਨ ਚੱਲੀ ਚਮਕੌਰ ਸਾਹਿਬ ਦੀ? ਹੁਣ ਦੇਖੋ, 20 ਦਸੰਬਰ ਦੀ ਰਾਤ ਨੂੰ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਿਆ, 21 ਦਸੰਬਰ ਸਵੇਰੇ ਸਰਸਾ ਕਿਨਾਰੇ 'ਤੇ ਆਇਆ, 21 ਨੂੰ ਪਾਰ ਕੀਤਾ, 22 ਸਵੇਰੇ ਅੰਮ੍ਰਿਤ ਵੇਲੇ ਚਮਕੌਰ ਪਹੁੰਚ ਗਿਆ, 22, 23, 24 ਦੀ ਰਾਤ ਨੂੰ ਉੱਥੋਂ, ਇਸ ਗੱਲ ਦੀ ਪੁਸ਼ਟੀ ਸਤਿਕਾਰਯੋਗ ਭਾਈ ਸਾਹਿਬ ਜੀ ਗਿਆਨੀ ਹਰਦਿਆਲ ਸਿੰਘ ਵੀ ਕੀਤੀ, 24 ਰਾਤ ਨੂੰ ਉੱਥੋਂ ਸਤਿਗੁਰੂ ਜੀ ਨੇ ਚਮਕੌਰ ਦੀ ਗੜੀ ਛੱਡੀ। ਇਹਦਾ ਮਤਲਬ ਕਿੰਨੇ ਦਿਨ? ਮਾਨੋ 2.5 ਦਿਨ। ਕਹਿੰਦੇ ਇੰਨੇ ਸਿੰਘਾਂ ਦੇ ਅੰਦਰ ਕਿੰਨਾ ਕੁ ਚਿਰ ਲੜਦੇ ਰਹੇ ਹੋਣਗੇ ਇਹ ਮੁੱਠੀ ਭਰ ਸਿੰਘਾਂ ਦੇ ਨਾਲ ਸਾਰਾ ਸਾਰਾ ਦਿਨ? ਹਾਂ, ਇੱਕ ਇੱਕ ਸਿੱਖ ਵੀ 1.25 ਲੱਖ ਉੱਤੇ ਭਾਰੂ ਰਿਹਾ, ਇਸ ਲਈ ਕਾਫੀ ਲੰਬਾ ਸਮਾਂ ਲੜਾਈ ਹੋਈ। ਫਿਰ ਵੀ ਮਾਨੋ ਵੀ ਚੱਲਦਿਆਂ ਚੱਲਦਿਆਂ 2 ਘੰਟੇ 4 ਘੰਟੇ ਕੁਛ ਨਾ ਕੁਛ ਤਾਂ ਹੋਇਆ ਹੀ ਹੈ, ਪਰ ਇਹਨਾਂ ਦੇ ਜਦੋਂ ਨੇਜ਼ੇ ਚੱਲੇ, ਇਹਨਾਂ ਦੇ ਜਦੋਂ ਤੀਰ ਚੱਲੇ, ਇਹਨਾਂ ਦੇ ਜਦੋਂ ਤਲਵਾਰਾਂ ਚੱਲੀਆਂ, ਅਤੇ ਉਹਨਾਂ ਸਾਰੇ ਸਿਪਾਹੀਆਂ ਨੂੰ ਭਾਜਣਾ ਪੈ ਗਈਆਂ, ਅਤੇ ਗੁਰੂ ਸਾਹਿਬ ਖੁਸ਼ ਹੁੰਦੇ ਨੇ ਸਿੰਘ ਸਾਹਿਬ ਅਜੀਤ ਸਿੰਘ ਨੂੰ ਲੜਦਿਆਂ ਦੇਖ ਕੇ, ਈਸ਼ਰ ਸਿੰਘ ਲਾਲ ਸਿੰਘ ਨੂੰ ਦੇਖ ਕੇ, ਅਖੀਰ ਇੰਨਿਆਂ ਦੇ ਨਾਲ ਮੁਕਾਬਲਾ ਕਰਦਿਆਂ, ਅਤੇ ਆਖਰ ਉਹ ਹੋਣਾ ਹੀ ਸੀ ਜਿਸ ਗੱਲ ਦਾ ਸਾਨੂੰ ਪਤਾ ਸੀ, ਅਖੀਰ ਇੱਕ ਐਸਾ ਵਾਰ ਕੀਤਾ ਜਿਹਦੇ ਨਾਲ ਵੱਡੇ ਸਾਹਿਬਜ਼ਾਦੇ ਦੇ ਉੱਤੇ ਬਾਕੀ ਸਿੰਘ ਵੀ ਸਾਰੇ ਸ਼ਹੀਦ ਹੋ ਗਏ। ਹੁਣ ਇੱਧਰੋਂ ਦੂਸਰੇ ਜਥੇ ਦੀ ਤਿਆਰੀ ਹੋ ਰਹੀ, ਇੱਕ ਦਿਨ ਵਿੱਚ 10 ਬੰਦੇ ਭੇਜੇ ਜਾਂਦੇ, ਭਾਵ 2 ਜਥੇ, ਇੱਕ ਦਿਨ ਵਿੱਚ 2 ਜਥੇ। ਹੁਣ ਤੁਸੀਂ ਗਿਣਤੀ ਕਰਕੇ ਦੇਖੋ, 22 ਦਸੰਬਰ ਨੂੰ ਪਹਿਲਾ ਜੰਗ ਹੋਇਆ, 10 ਸਿੰਘ ਗਏ, ਕਿੰਨੇ ਰਹਿ ਗਏ ਬਾਕੀ 40 ਚੋਂ? ਹਾਂ ਬੋਲਦੇ ਚਲੋ। ਦੂਸਰੇ ਦਿਨ ਫਿਰ 10 ਦੋ ਦਾ ਜਥਾ ਗਿਆ, ਬਾਕੀ ਕਿੰਨੇ ਰਹਿ ਗਏ? ਜਦੋਂ ਸਤਿਗੁਰੂ ਜੀ ਨੇ ਚਮਕੌਰ ਦੀ ਗੜੀ ਛੱਡੀ ਉਹਨੂੰ ਕਿਤੇ ਉਦੋਂ ਕਿੰਨੇ ਬੰਦੇ ਸੀ? ਇੱਥੇ ਗੱਲ ਆ ਕੇ ਕਲੀਅਰ ਹੋਵੇਗੀ ਕਿ 40 ਬੰਦੇ ਸੀ ਜਦੋਂ ਸਤਿਗੁਰੂ ਜੀ ਨੇ ਗੜੀ ਛੱਡੀ ਨਾ, ਉਦੋਂ ਕਿੰਨੇ ਸਿੰਘ ਸਨ? 11 ਸਿੰਘ ਗੜੀ ਦੇ ਵਿੱਚ ਛੱਡ ਕੇ ਸਤਿਗੁਰੂ ਜੀ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਦੇ ਨਾਲ ਆਪ ਚੌਥੇ, 4 ਹੋ ਗਏ, 3 ਸਿੰਘ ਅਤੇ 4 ਆਪ, ਹੁਣ ਕਿੰਨੇ ਰੱਖ ਕੇ ਬਾਕੀ ਰਹਿ ਗਏ? ਇੰਨੇ ਸਿੰਘਾਂ ਨੇ ਫਿਰ ਅੰਤਲੇ ਦਿਨ ਤੱਕ ਚਮਕੌਰ ਦੀ ਗੜੀ ਅੰਦਰ ਸ਼ਹੀਦੀ ਪਾਈ ਅਤੇ ਸਤਿਗੁਰੂ ਨੇ ਭਾਈ ਸੰਗਤ ਸਿੰਘ ਦੇ ਸਿਰ ਦੇ ਉੱਤੇ ਆਪਣੇ, ਕਿਉਂਕਿ ਸੰਗਤ ਸਿੰਘ ਦੀ ਸ਼ਕਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਬਹੁਤ ਮਿਲਦੀ, ਬੜੀ ਸਿਮੀਲਰ ਸੀ, ਅਤੇ ਉਹਨਾਂ ਨੂੰ ਫਿਰ ਦੇ ਕੇ ਪੰਥ ਦਾ ਹੁਕਮ ਮੰਨ ਕੇ ਉਹਨਾਂ ਨੇ
ਗੜੀ ਛੱਡੀ। ਇਸ ਲਈ 40 ਸਿੰਘਾਂ ਵਿੱਚੋਂ ਅਗਰ ਸਿਰਫ ਬਾਹਰ ਗਏ ਨੇ ਤਾਂ ਗੁਰੂ ਜੀ ਤਾਂ 3 ਸਿੰਘ, ਬਾਕੀ 37 ਦੇ 37 ਉੱਥੇ ਸ਼ਹੀਦ ਹੋ ਗਏ। ਆਖੋ ਸਤਨਾਮ। ਇਹਦੇ ਵਿੱਚ ਸਾਹਿਬਜ਼ਾਦੇ ਵੀ ਗਏ, ਇਹਦੇ ਅੰਦਰ 3 ਪਿਆਰੇ ਵੀ ਗਏ। ਇਹ ਵੀ ਸੇਠੀ ਸਾਹਿਬ ਜੀ ਨੇ ਆਪਣੇ ਦੱਸਿਆ ਸੀ, 3 ਪਿਆਰਿਆਂ ਵਿੱਚੋਂ ਵੀ ਸ਼ਹਾਦਤ ਹੋਈ ਔਰ ਗੁਰੂ ਸਾਹਿਬ ਦੇ 2 ਸਾਹਿਬਜ਼ਾਦੇ ਵੀ ਔਰ ਬਾਕੀ ਸਾਰੇ ਸਿੰਘ ਇੱਥੇ ਸ਼ਹੀਦ ਹੋਏ। ਹੁਣ ਜਦੋਂ ਦੂਸਰਾ ਜਥਾ ਤਿਆਰ ਕੀਤਾ ਤਾਂ ਉਹਦੇ ਅੰਦਰ ਭਾਈ ਮੋਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਰ ਸਿੰਘ, ਭਾਈ ਨਾਰ ਸਿੰਘ ਦੂਸਰਾ ਜਥਾ ਗਿਆ। ਇਹ ਵੀ ਸ਼ਾਮ ਤੱਕ 10 ਸਿੰਘ ਸ਼ਹੀਦ ਹੋ ਗਏ। ਜਦੋਂ ਬਾਕੀ ਦੇ ਸਿੰਘ, ਹੁਣ ਪਤਾ ਹੈ ਵੀ ਸਵੇਰੇ ਕਿਹਦੀ ਕਿਹਦੀ ਵਾਰੀ ਆਉਣੀ ਹੈ, ਭਾਈ ਦਇਆ ਸਿੰਘ ਆਏ, ਮਹਾਰਾਜ ਮੈਥੋਂ ਹਾਲੇ ਵੀ ਤੁਸੀਂ ਜਥਾਦਾਰੇ ਲੈ ਲਓ, ਮੈਂ ਤਾਂ 10 ਸਿੰਘ ਭੇਜੇ, 10 ਵਿੱਚੋਂ ਕੋਈ ਵੀ ਵਾਪਸ ਨਹੀਂ ਆਇਆ। ਗੁਰੂ ਸਾਹਿਬ ਕਹਿੰਦੇ ਨੇ ਵਾਪਸ ਆਉਣ ਵਾਸਤੇ ਸੀ, ਉਹ ਲੋਕ ਤਨਖਾਹ ਵਾਸਤੇ ਲੜਦੇ ਨੇ ਅਤੇ ਅਸੀਂ ਧਰਮ ਵਾਸਤੇ ਲੜਦੇ ਹਾਂ। ਆਖੋ ਸਤਨਾਮ ਸ਼੍ਰੀ। ਧਰਮ ਵਾਸਤੇ ਲੜਨ ਵਾਲਾ ਬੰਦਾ ਵਾਪਸ ਨਹੀਂ ਆਉਂਦਾ ਹੁੰਦਾ ਅਤੇ ਤਨਖਾਹ ਵਾਲਾ ਬੰਦਾ ਆਪਣੀ ਜਾਨ ਬਚਾਉਂਦਾ ਹੁੰਦਾ। ਅਤੇ ਸਮਾਂ ਸੰਪੂਰਨ ਹੋ ਗਿਆ, ਬਾਕੀ ਦੀ ਗੱਲਬਾਤ ਸ਼ਾਮ ਨੂੰ ਇੱਥੇ ਹੋਵੇਗੀ। ਸਾਹਿਬਜ਼ਾਦਾ ਜੁਝਾਰ ਸਿੰਘ ਦੀ ਵਾਰੀ, ਜਦੋਂ ਜੁਝਾਰ ਸਿੰਘ ਜੀ ਦੀ ਵਾਰੀ ਆਈ ਅਤੇ ਉਹ ਦੂਸਰੇ ਦਿਨ ਦਾ ਵੇਲਾ ਸੀ, ਭਾਵ 23 ਤਰੀਕ ਨੂੰ ਇਹ, ਅਤੇ 24 ਨੂੰ ਗੁਰੂ ਸਾਹਿਬ ਜੀ ਨੇ ਫਿਰ ਜਦੋਂ ਚਮਕੌਰ ਦੀ ਘੜੀ ਛੱਡੀ ਅਤੇ ਆਪਾਂ ਉਸ ਇਤਿਹਾਸ ਨੂੰ ਵੀ ਇਸੇ ਤਰ੍ਹਾਂ ਹੀ ਰਲ ਮਿਲ ਕੇ ਵਿਚਾਰਾਂਗੇ। ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਮੰਗਦਾ ਹੋਇਆ ਦਾਸ ਆਪ ਜੀ ਤੋਂ ਆਗਿਆ ਚਾਹੁੰਦਾ ਹੈ। ਮੈਂ ਆਰੰਭ ਅੰਦਰ ਵੀ ਬੇਨਤੀ ਕੀਤੀ ਸੀ, ਹਰ ਮਨੁੱਖ ਦੀ ਆਪੋ ਆਪਣੀ ਖੋਜ ਹੈ, ਹਰ ਮਨੁੱਖ ਦਾ ਆਪੋ ਆਪਣਾ ਬਿਆਨ ਕਰਨ ਦਾ ਤਰੀਕਾ ਹੈ। ਆਪ ਜੀ ਨੇ ਸਭ ਕੁਝ ਸੁਣਿਆ ਹੋਇਆ ਹੈ, ਪਰ ਫਿਰ ਵੀ ਤੁਸੀਂ ਏਡੀ ਇਕਾਗਰਤਾ ਔਰ ਪਿਆਰ ਨਾਲ ਚੌਂਕੜੇ ਮਾਰ ਕੇ ਗੁਰੂ ਜੀ ਸਰਵਣ ਕਰਦੇ ਹੋ, ਫਿਰ ਆਪਾਂ ਅਗਲੇ ਦੀਵਾਨ ਅੰਦਰ ਇਕੱਠੇ ਹੋਈਏ। ਉਦੋਂ ਤੱਕ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਗਿਆ ਬਖਸ਼ ਅਤੇ ਫਤਿਹ ਕੇ ਜਾਓ ਜੀ। ਵਾਹਿਗੁਰੂ ਜੀ ਕਾ